ਪਿਆਰਾ ਛਿਆਰਾ ਵਾਲੀ ਗਲਤਾਂ ਹੋ ਗਈ ਬਹੁਤ ਪੁਰਾਣੀ ਪਿਆਰਾ ਛਿਆਰਾ ਵਾਲੀ ਗਲਤਾਂ ਹੋ ਗਈ ਬਹੁਤ ਪੁਰਾਣੀ ਛੱਡ ਪਰੀਆਂ ਦੇ ਕਿੱਸੇ ਬੀਬਾ ਸ਼ੂ ਕੋਈ ਨਵੀਂ ਕਹਾਣੀ ਹੁਣ ਤੇ ਕੋਈ ਸਹਜਾਦੀ ਵੀ ਨਹੀਂਓ ਘੁੰਡ ਕਢੇਂਦੀ ਹੁਣ ਤੇ ਕਮੀਆਂ ਨਾਲ ਪਈ ਨੱਚਦੀ ਟੀਵੀ ਤੇ ਚੁਧਰਾਨੀ ਹਮਦਰਦੀ ਦੇ ਫੋਕੇ ਬੋਲ ਵੀ ਨਾ ਕੋਈ ਬੋਲ ਸੁਣਾਵਾ ਹਮਦਰਦੀ ਦੇ ਫੋਕੇ ਬੋਲ ਵੀ ਨਾ ਕੋਈ ਬੋਲ ਸੁਣਾਉਂਦਾ ਬੰਦਿਆਂ ਵਿੱਚੋਂ ਸ਼ਫਕਤ ਮੁੱਕੀ ਮਕਸਲ ਰਹੇ ਨਾ ਹਾਣੀ ਉਸੇ ਬੂਟੇ ਦੇ ਕੰਡਿਆਂ ਨੇ ਪਿੰਡਾ ਮੇਰਾ ਪੱਛਿਆ ਉਸੇ ਬੂਟੇ ਦੇ ਕੰਡਿਆਂ ਨੇ ਪਿੰਡਾ ਮੇਰਾ ਪੱਛਿਆ ਮੈਂ ਜੀ ਨੂੰ ਪਰਵਾਨ ਚੜਾਇਆ ਹੱਥੀ ਦੇ ਦੇ ਪਾਣੀ ਮੈਂ ਜੀ ਨੂੰ ਪਰਵਾਨ ਚੜਾਇਆ ਹੱਥੀ ਦੇ ਦੇ ਪਾਣੀ ਬਹੁਤ ਹੀ ਵਧੀਆ ਲਾਈਨਾਂ ਜੀ ਇਕਬਾਲ ਜ਼ਖਮੀ ਸਾਹਿਬ ਦੀਆਂ ਇਹ ਲਾਈਨਾਂ ਨੇ ਇੱਕ ਆਵਾਜ਼ ਜ਼ਖਮੀ ਸ਼ਾਇਰ ਜਿਹੜੇ ਅੱਜ ਕੱਲ ਪਾਕਿਸਤਾਨ ਦੇ ਵਿੱਚ ਨੇ ਪਰ ਉਹਨਾਂ ਦਾ ਜਨਮ ਜਿਹੜਾ ਉਹ ਭਾਰਤ ਦੇ ਵਿੱਚ 10 ਸਤੰਬਰ 1941 ਨੂੰ ਮੱਲਾਂ ਵਾਲਾ ਪਿੰਡ ਜਿਹੜਾ ਪੈਂਦਾ ਫਿਰੋਜ਼ਪੁਰ ਦੇ ਕੋਲ ਡਿਸਟ੍ਰਿਕਟ ਦੇ ਵਿੱਚ ਉੱਥੇ ਹੋਇਆ ਸੀਗਾ ਤੇ ਅੱਜ ਕੱਲ ਜਿਵੇਂ ਬਾਕੀ ਬਹੁਤ ਸਾਰੇ ਸ਼ਾਇਰ ਇਧਰੋਂ ਬਹੁਤ ਹੀ ਯਾਲਾ ਸ਼ਾਇਰ ਬਾਬੂ ਰਾਜਵਲੀ ਸਾਹਿਬ ਜਾਂ ਹੋਰ ਵੀ ਅਨੇਕਾ ਸ਼ਾਇਰ ਇਥੋਂ ਪਾਕਿਸਤਾਨ ਦੇ ਵਿੱਚ ਚਲ ਗਏ ਸੀ ਉਸੇ ਤਰ੍ਹਾਂ ਇਹ ਵੀ ਪਾਕਿਸਤਾਨ ਚਲ ਗਏ ਸੀ ਤੇ ਬਹੁਤ ਸਾਰੇ ਸ਼ਾਇਰ ਜਿਹੜੇ ਪਾਕਿਸਤਾਨ ਤੋਂ ਇਧਰ ਵੀ ਆਏ ਸੀ ਪਰ ਜ਼ਿਆਦਾ ਉਧਰ ਗਏ ਨੇ ਸੋ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਲਾਈਵ ਸ਼ੋਅ ਚ ਹਮੇਸ਼ਾ ਦੀ ਤਰ੍ਹਾਂ ਗੱਲਾਂਬਾਤ ਕਰਾਂਗੇ ਮੈਂ ਇੱਕ ਦਰਸ਼ਕਾਂ ਨੂੰ ਬੇਨਤੀ ਕਰ ਦਵਾਂ ਜਿਹੜਾ ਲਾਈਵ ਪ੍ਰੋਗਰਾਮ ਤੁਸੀਂ ਦੇਖਦੇ ਹੋ ਘਰਾਂ ਵਿੱਚ ਬੈਠੇ ਦਰਸ਼ਕ ਉਹ ਵੈਸੇ ਤਾਂ ਜ਼ਿਆਦਾਤਰ ਦਰਸ਼ਕਾਂ ਨੂੰ ਪਤਾ ਹੈ ਡੇਲੀ ਕਾਲਰ ਨੇ ਹਰ ਇੱਕ ਨੂੰ ਪਤਾ ਕਿਹੜੇ ਟਾਈਮ ਪ੍ਰੋਗਰਾਮ ਆਉਂਦਾ ਹੈ ਤੇ ਮੈਂ ਦੱਸ ਦੇਵਾਂ ਇਹ ਪ੍ਰੋਗਰਾਮ ਪੈਸੀਫਿਕ ਟਾਈਮ 7:30 ਵਜੇ ਤੇ ਈਸਟਰਨ ਟਾਈਮ 10:30 ਵਜੇ ਰਾਤ ਨੂੰ ਲਾਈਵ ਹੁੰਦਾ ਉਸ ਤੋਂ ਬਾਅਦ ਵਿੱਚ ਵਿਚਾਲੇ ਮੇਰੇ ਖਿਆਲ ਰਾਤ ਨੂੰ ਵੀ ਆਉਂਦਾ ਇੱਕ ਵਾਰੀ 11:00 ਵਜੇ ਇੱਥੋਂ ਦੇ ਈਸਟਰਨ ਟਾਈਮ 2:00 ਵਜੇ ਫਿਰ ਸਵੇਰੇ ਵੀ ਆਉਂਦਾ ਸ਼ਾਇਦ 2-3 ਵਾਰ ਰਿਪੀਟ ਹੁੰਦਾ ਪ੍ਰੋਗਰਾਮ ਪਰ ਸਾਡੇ ਬਾਰੇ ਦਰਸ਼ਕ ਜਿਹੜੇ ਨੇ ਉਹ ਗਿਲਾ ਕਰਦੇ ਨੇ ਜੀ ਵੀ ਸਾਡੀ ਤੁਸੀਂ ਕਾਲ ਨਹੀਂ ਚੱਕਦੇ ਪਰ ਉਹ ਨਿਸ਼ਾਨੀ ਇਹ ਹੈ ਕਿ ਜਦੋਂ ਪ੍ਰੋਗਰਾਮ ਲਾਈਵ ਨਹੀਂ ਹੈ ਤਾਂ ਉਹਦੇ 'ਚ ਲਾਈਵ ਦਾ ਨੰਬਰ ਨਹੀਂ ਆਉਂਦਾ ਤੇ ਪਰ ਸਾਡੇ ਦਰਸ਼ਕਾਂ ਕੋਲ ਨੰਬਰ ਨੋਟ ਹੈ ਉਹ ਕਈ ਵਾਰੀ ਰਿਕਾਰਡਰ ਪ੍ਰੋਗਰਾਮ ਦੇ ਵਿੱਚ ਕਰਦੇ ਨੇ ਪ੍ਰੋਗਰਾਮ ਗੱਲਬਾਤ ਤੇ ਉਦੋਂ ਫਿਰ ਕਾਲ ਨਹੀਂ ਚੱਕ ਹੁੰਦੀ ਇਸ ਕਰਕੇ ਉਹ ਗਿਲਾ ਸ਼ਿਕਵਾ ਕਰਦੇ ਨੇ ਚਲੋ ਖੈਰ ਨਾਲ ਦੀ ਨਾਲ ਜਿਹੜਾ ਹੁਣ ਅੱਜ ਦਿਨ ਤੁਹਾਨੂੰ ਪਤਾ ਹੀ ਹੈ ਦਿਨ ਸ਼ੁੱਕਰਵਾਰ ਹੈ ਤੇ ਤਰੀਕ 25 ਫਰਵਰੀ ਹੈਗੀ ਆ ਇੰਡੀਆ ਦੇ ਵਿੱਚ 26 ਫਰਵਰੀ ਹੋ ਗਈ ਆ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਹੁਣ ਪੈਸੀਫਿਕ ਟਾਈਮ ਦੇ ਹਿਸਾਬ ਨਾਲ 7:30 ਲਾਈਵ ਸ਼ੁਰੂ ਹੋਇਆ ਇੱਥੇ ਤੇ ਉਸ ਤੋਂ ਬਾਅਦ ਅਗਲੀ ਗੱਲਬਾਤ ਜਿਹੜੀ ਆਪਾਂ ਕਰਦੇ ਆਂ ਅਗਲੀ ਗੱਲਬਾਤ ਤੋਂ ਪਹਿਲਾਂ ਜੀ ਪਹਿਲਾਂ ਰਾਤੀ ਅਸੀਂ ਇੱਕ ਜ਼ਿਕਰ ਕੀਤਾ ਸੀਗਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਦਰਸ਼ਕਾਂ ਦਾ ਜਿਹੜੇ ਇੱਥੇ ਕਾਲ ਕਰ ਕਰਦੇ ਨੇ ਉਹਨਾਂ ਦਾ ਵੀ ਤੇ ਜਿਹੜੇ ਕਾਲ ਨਹੀਂ ਕਰਦੇ ਲੇਕਿਨ ਮੇਰੇ ਸੈੱਲ ਫੋਨ ਤੇ ਬਾਅਦ ਚ ਪ੍ਰੋਗਰਾਮ ਦਾ ਰਿਵਿਊ ਕਰਨ ਵਾਸਤੇ ਕਾਲਾਂ ਆਉਂਦੀਆਂ ਨੇ ਕਈ ਪ੍ਰੋਗਰਾਮ ਵਿੱਚ ਦੱਸਣ ਵਾਸਤੇ ਵੀ ਆਹ ਗੱਲ ਇਦਾਂ ਸੀ ਆਹ ਇਦਾਂ ਸੀ ਜਾਣਕਾਰੀ ਦੇਣ ਵਾਸਤੇ ਵੀ ਕਾਲਾਂ ਆਉਂਦੀਆਂ ਨੇ ਬਹੁਤ ਧੰਨਵਾਦ ਕਰਦੇ ਆ ਰਾਤੀ ਅਸੀਂ ਜ਼ਿਕਰ ਕਰਦੇ ਸੀਗੇ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਲੋਕੀ ਭਾਈਦੇ ਨੇ ਇੰਗਲੈਂਡ ਵਗੈਰਾ ਭਾਈਦੇ ਰਹੇ ਬੱਚੇ ਜਿਹੜੇ ਸਾਡੇ ਪੜਨ ਵਾਸਤੇ ਕਿ ਇੱਥੇ ਸੈਟਲ ਹੋ ਸਕਦੇ ਨੇ ਵਧੀਆ ਤੇ ਯੂਕਰੇਨ ਵਿੱਚ ਐਸੀ ਕਿਹੜੀ ਖਾਸੀਤਾ ਜਿੱਥੋਂ ਲੜਾਈ ਲੱਗੀ ਹੈ ਬਹੁਤ ਵੀ ਉੱਥੇ ਨੂੰ ਸਾਡੇ ਬੱਚੇ ਕਿਉਂ ਪਾਈਦੇ ਨੇ ਤੇ ਮੈਨੂੰ ਵੀ ਉਸ ਗੱਲ ਦੀ ਬਾਲੀ ਜਾਣਕਾਰੀ ਨਹੀਂ ਸੀ ਮੈਂ ਧੰਨਵਾਦ ਕਰਦਾ ਡਾਕਟਰ ਗੁਰਪ੍ਰੀਤ ਤੁੱਗਾ ਸਾਹਿਬ ਦਾ ਉਹਨਾਂ ਦਾ ਫੋਨ ਆਇਆ ਉਹ ਕਦੇ ਮੈਂ ਜਾਣਕਾਰੀ ਤਾਂ ਆਨਰ ਦੇਣਾ ਚਾਹੁੰਦਾ ਸੀ ਆਨਰ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਟਾਈਮ ਨਹੀਂ ਮਿਲਿਆ ਉਹਨਾਂ ਦਾ ਫੋਨ ਆਇਆ ਵੀ ਇਹ ਕਾਰਨ ਯੂਕਰੇਨ ਦਾ ਇਹ ਹੈ ਕਿ ਯੂਕਰੇਨ ਵੈਸੇ ਕੋਈ ਬਹੁਤ ਵੱਡਾ ਮੁਲਕ ਨਹੀਂ ਹੈਗਾ ਬਹੁਤ ਵੱਡੀ ਉੱਥੇ ਕੋਈ ਫਾਈਨੈਂਸ਼ਲੀ ਗੱਲ ਕਰੀਏ ਤਾਂ ਬਹੁਤ ਵੱਡਾ ਉੱਥੇ ਨਹੀਂ ਹੈਗਾ ਕੰਮਕਾਰ ਵੀ ਬਹੁਤ ਜ਼ਿਆਦਾ ਨਹੀਂ ਹੈਗੇ ਲੋਕਾਂ ਦੇ ਜਿਹੜੇ ਪੰਜਾਬੀ ਉੱਥੇ ਨੂੰ ਭਜਦੇ ਨੇ ਸਟੂਡੈਂਟਸ ਦੀ ਗੱਲ ਕਰੀਏ ਤਾਂ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਯੂਕਰੇਨ ਦੇ ਵਿੱਚ ਪੜਨ ਦਾ ਯੂਕਰੇਨ ਦੇ ਜਿੰਨੇ ਸਟੂਡੈਂਟ ਪੜੇ ਹੋਣਗੇ ਉਹ ਪੜ ਕੇ ਉਹਨਾਂ ਨੇ ਇੰਡੀਆ ਆ ਕੇ ਹੀ ਆਪਣਾ ਕੰਮਕਾਰ ਕੀਤਾ ਹੋ ਜਾਂ ਉਸ ਬੇਸ ਤੇ ਕਿਸੇ ਬਾਹਰਲੇ ਮੁਲਕ ਤੇ ਗਏ ਹੋਣਗੇ ਯੂਕਰੇਨ ਦੇ ਵਿੱਚ ਪੱਕੇ ਤੌਰ ਤੇ ਨਹੀਂ ਰਹਿੰਦੇ ਯੂਕਰੇਨ ਜਾਣ ਦਾ ਕਾਰਨ ਇਹ ਹੈ ਕਿ ਇੱਕ ਤਾਂ ਯੂਕਰੇਨ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਜਿਹੜੀ ਆ ਮੈਡੀਕਲ ਦੀ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ ਬਾਕੀ ਮੁਲਕਾਂ ਨਾਲੋਂ ਇੰਡੀਆ ਨਾਲੋਂ ਵੀ ਵਧੀਆ ਹੁੰਦੀ ਹੈ ਤੇ ਦੂਜੀ ਸਭ ਤੋਂ ਵੱਡੀ ਗੱਲ ਯੂਕਰੇਨ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਇੰਡੀਆ ਨਾਲੋਂ ਸਸਤੀ ਹੁੰਦੀ ਹੈ ਇੰਡੀਆ ਵਿੱਚ ਰਹਿ ਕੇ ਇੰਡੀਆ ਦੇ ਵਿੱਚ ਮਹਿੰਗੀ ਪੈਂਦੀ ਹੈ ਕਰੋੜਾਂ ਰੁਪਈਆ ਲੱਗ ਜਾਂਦਾ ਇੱਕ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਯੂਕਰੇਨ ਜੇਕਰ ਬੱਚੇ ਜਾ ਕੇ ਪੜ੍ਹਾਈ ਕਰਦੇ ਨੇ ਉੱਥੇ ਮੈਡੀਕਲ ਦੀ ਪੜ੍ਹਾਈ ਵਧੀਆ ਵੀ ਹੈ ਤੇ ਸਸਤੀ ਵੀ ਆ ਇਹ ਇੱਕ ਜਾਣਕਾਰੀ ਕੱਲ ਸਾਡਾ ਸਾਂਝੀ ਕੀਤੀ ਸੀ ਤੇ ਦੂਜੀ ਗੱਲ ਯੂਕਰੇਨ ਦੀ ਅਸੀਂ ਗੱਲ ਕਰ ਲਈਏ ਅਸੀਂ ਸਲੂਟ ਕਰਦੇ ਹਾਂ ਜੀ ਯੂਕਰੇਨ ਦੇ ਰਾਸ਼ਟਰਪਤੀ ਨੂੰ ਔਰ ਵੀਡੀਓ ਫੋਟੋਆਂ ਦੀ ਵਾਇਰਲ ਹੋ ਰਹੀਆਂ ਕਿ ਉਹ ਖੁਦ ਜੰਗ ਵਾਲੇ ਕੱਪੜੇ ਪਾ ਕੇ ਆਪ ਫੌਜੀਆਂ ਦੇ ਨਾਲ ਖੜਾ ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਇਹ ਵੀ ਸੋਸ਼ਲ ਮੀਡੀਆ ਤੋਂ ਖਬਰ ਚੱਕੀ ਮੈਂ ਕਹਿੰਦੇ ਵੀ ਉਹ ਕਾਲੀਆਂ ਝੰਡੀ ਵਾਲੇ ਦੇਖ ਕੇ ਡਰ ਗਏ ਵੀ ਮੈਂ ਉੱਥੋਂ ਮੱਥਾ ਜਾਨ ਬਚਾ ਕੇ ਆਇਆ ਤੇ ਵਰਦੇ ਬੰਬਾਂ ਦੇ ਵਿੱਚ ਵਰਦੇ ਗੋਲਿਆਂ ਦੇ ਵਿੱਚ ਰਾਸ਼ਟਰਪਤੀ ਦਾ ਆਪ ਸ਼ਾਮਲ ਹੋਣਾ ਬਹੁਤ ਵੱਡਾ ਇੱਕ ਮਾਇਨਾ ਰੱਖਦਾ ਤੇ ਨਾਲ ਨਾਲ ਮੈਂ ਇਹ ਸਮਝਦਾ ਜੇ ਇੰਨੀ ਬਹਾਦਰੀ ਉਹ ਦਿਖਾਉਂਦੇ ਨੇ ਪ੍ਰਮਾਤਮਾ ਵੀ ਉਹਨਾਂ ਦਾ ਸਾਥ ਜਰੂਰ ਦੇਗਾ ਕੋਈ ਨਾ ਕੋਈ ਹੱਲ ਇਸ ਲੜਾਈ ਦਾ ਜਰੂਰ ਨਿਕਲੇਗਾ ਜਿਹੜੀ ਕਿ ਭਿਆਨਕ ਤਬਾਹੀ ਦੇ ਵੱਲ ਨੂੰ ਜਾ ਰਹੀ ਹੈ ਪ੍ਰਮਾਤਮਾ ਭਲੀ ਕਰੇ ਸਾਡੇ ਜਿੰਨੇ ਵੀ ਉੱਥੇ ਬੈਠੇ ਨੇ ਕਿਸੇ ਵੀ ਮੁਲਕ ਦੇ ਲੋਕ ਹੈ ਸਾਰੇ ਸੁਰੱਖਿਅਤ ਰਹਿਣ ਪਰ ਬੜਾ ਹੀ ਔਖਾ ਬਹੁਤ ਹੀ ਔਖਾ ਮਾਹੌਲ ਉੱਥੇ ਬਹੁਤ ਜ਼ਿਆਦਾ ਦੁਖਦਾਈ ਕਰਨ ਵਾਲਾ ਮਾਹੌਲ ਹੈ ਲੋਕ ਜਿਹੜੇ ਨੇ ਉਹ ਸਭ ਜਿਹੜੇ ਹੁੰਦੇ ਮੈਟਰੋ ਸਟੇਸ਼ਨਾਂ ਦੇ ਟ੍ਰੇਨਾਂ ਦੇ ਉਹਨਾਂ ਦੇ ਵਿੱਚ ਬੈਠਣ ਵਾਸਤੇ ਮਜਬੂਰ ਨੇ ਉਹਨਾਂ ਚ ਰਹਿਣ ਲਈ ਮਜਬੂਰ ਨੇ ਕੁਝ ਖਾਣ ਨੂੰ ਨਹੀਂ ਕੁਝ ਪੀਣ ਨੂੰ ਨਹੀਂ ਔਰ ਜੰਗ ਦੇ ਵਿੱਚ ਇਹ ਹਾਲ ਹੁੰਦਾ ਪਰ ਅਸੀਂ ਅਰਦਾਸ ਕਰਦੇ ਹਾਂ ਸਾਰੇ ਜਣੇ ਤੁਹਾਡੇ ਵੱਲੋਂ ਵੀ ਮੇਰੇ ਵੱਲੋਂ ਵੀ ਜਸ ਪੰਜਾਬੀ ਦੇ ادارے ਵੱਲੋਂ ਵੀ ਕਿ ਪ੍ਰਮਾਤਮਾ ਭਲੀ ਕਰੇ ਸਾਰਾ ਮਾਹੌਲ ਉੱਥੇ ਠੀਕ ਹੋ ਜਵੇ ਸੁਖਾਵਾਂ ਹੋ ਜਵੇ ਲੜਾਈ ਜਿਹੜੀ ਆ ਕਿਸੇ ਤਰ੍ਹਾਂ ਬੰਦ ਹੋ ਜਾ ਕੋਈ ਐਸਾ ਸਵੱਭ ਨੇ ਉਹਦੇ ਚ ਕੁਝ ਦੇਸ਼ ਪੈਣ ਜਿਹੜੇ ਜੀ7 ਦੇ ਦੇਸ਼ ਨੇ ਉਹ ਪੈਣ ਯਾ ਹੁਣ ਵੈਸੇ ਬਹੁਤ ਸਾਰੇ ਮੁਲਕਾਂ ਨੇ ਅਮਰੀਕਾ ਨੇ ਵਿੱਚ ਇੰਗਲੈਂਡ ਨੇ ਵੀ ਸਾਰਿਆਂ ਨੇ ਸਪੋਰਟ ਕੀਤੀ ਹੈ ਯੂਕਰੇਨ ਦੀ ਔਰ ਸ਼ਾਇਦ ਰੂਸ ਤੇ ਇਹ ਦਬਾਅ ਬਣਾ ਕੇ ਤੇ ਉਹਨਾਂ ਨੂੰ ਜੰਗ ਬੰਦ ਕਰਨ ਲਈ ਕਹਿਣ ਪਰ ਦੁੱਖ ਦੀ ਗੱਲ ਇਹ ਹੈ ਕਿ ਪੁਤਿਨ ਸਾਹਿਬ ਕਹਿੰਦੇ ਨੇ ਵੀ ਫੌਜ ਸਰੈਂਡਰ ਕਰ ਦੇਵੇ ਫਿਰ ਅਸੀਂ ਜੰਗ ਬੰਦ ਕਰਦੇ ਫਿਰ ਐ ਕਿ ਗਿਆ ਜੇ ਫੌਜ ਸਰੈਂਡਰ ਕਰਦੀ ਚਲੋ ਬਾਕੀ ਪਰਮਾਤਮਾ ਭਲੀ ਕਰੇ ਅੱਛਾ ਅਗਲੀ ਗੱਲ ਜਿਹੜੀ ਹੈਗੀ ਇੱਕ ਮਜੀਠੀਆ ਸਾਹਿਬ ਦਾ ਵੀ ਪਤਾ ਲੱਗਿਆ ਹੋਣਾ ਸਾਰਿਆਂ ਨੂੰ ਕਿ ਖਬਰ ਇਹੋ ਜੀ ਤਾਂ ਰਹਿੰਦੀ ਹੀ ਰਹੀ ਹੈਗੀ ਕਿ ਉਹਨਾਂ ਨੂੰ ਜਿਹੜੀ ਉਹਨਾਂ ਨੇ ਬੇਲ ਮੰਗੀ ਸੀਗੀ ਪਰਮਨੈਂਟ ਬੇਲ ਉਹ ਨਹੀਂ ਮਿਲੀ ਰੱਦ ਹੋ ਗਈ ਆ ਤੇ 14 ਦਿਨ ਦੀ ਨਿਆਇਕ ਹਰਾਸਤੀ ਇਹਨੂੰ ਜੁਡੀਸ਼ੀਅਲ ਜੁਡੀਸ਼ੀਅਲ ਰਿਮਾਂਡ ਅਸੀਂ ਕਹ ਦਿੰਦੇ ਆ ਉਹ ਹੈਗਾ ਮਤਲਬ ਕਹਿੰਦਾ ਫਿਲਹਾਲ 14 ਦਿਨ ਜੇਲ੍ਹ ਤੇ ਰਹਿਣਾ ਪਏਗਾ ਪਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅੱਗੇ ਬੇਲ ਪਾਉਣਗੇ ਔਰ ਇਸ ਸਾਰੇ ਤੋਂ ਲੱਗਦਾ ਬਹੁਤ ਸਾਰੇ ਲੋਕ ਕਹਿੰਦੇ ਵੀ ਹੁਣ ਤਾਂ ਵੋਟਾਂ ਪੈ ਗਈਆਂ ਹੁਣ ਇਹਦਾ ਕੀ ਨੂੰ ਫਾਇਦਾ ਹੋਣਾ ਵੀ ਇਸ ਤਰ੍ਹਾਂ ਕਰਨ ਦਾ ਅੰਦਰ ਕਰਨ ਦਾ ਜੇ ਕਰਨ ਦਾ ਉਹ ਕਰਨ ਦਾ ਵੀ ਹੁਣ ਤੱਕ ਕਿਸੇ ਨੂੰ ਫਾਇਦਾ ਨਹੀਂ ਫਾਇਦਾ ਕਿਉਂ ਨਹੀਂ ਹੈ ਜੀ ਹੁਣ ਅੰਦਰ ਖਾਤੇ ਹੋ ਸਕਦਾ ਹੈ ਸੈਂਟਰ ਸਰਕਾਰ ਦੀ ਅਕਾਲੀ ਦਲ ਨਾਲ ਗੱਲ ਚੱਲਦੀ ਹੋਵੇ ਕਿ ਕੁੰਡੀ ਕਿਤੇ ਫਸੀ ਹੋਵੇ ਵੀ ਬਾਅਦ ਦੇ ਵਿੱਚ ਆਪਾਂ ਗੱਠਜੋੜ ਕਰਨਾ ਜੇ ਕੋਈ ਭਾਅ ਸਰ ਆ ਗਿਆ ਸੂਦ ਆ ਗਿਆ ਕੰਮ ਤੇ ਗੱਠਜੋੜ ਕਰਨਾ ਪਰ ਕੁੰਡੀ ਕਿਤੇ ਫਸੀ ਹੋਵੇ ਨਹੀਂ ਮੰਨਦੇ ਹੋਣਗੇ ਅਕਾਲੀ ਦਲ ਵਾਲੇ ਤਾਂ ਉਹ ਉਹਨਾਂ ਨੇ ਫੇ ਕੁੰਡੀ ਟਾਈਟ ਕਰਨ ਵਾਸਤੇ ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਢਿਮਬਰੀ ਟਾਈਟ ਕਰਨ ਵਾਸਤੇ ਹੋ ਸਕਦਾ ਇਹ ਮੈਂ ਮੀ ਕਰ ਇੱਕ ਵੈਸੀ ਇੱਕ ਮਾਹੌਲ ਦੇਖ ਕੇ ਹੀ ਇੱਕ ਅੰਦਾਜ਼ਾ ਹੀ ਹੈ ਵੀ ਪਰ ਇਹ ਹੋ ਸਕਦਾ ਕਿ ਢਿਮਬਰੀ ਟਾਈਟ ਕਰਨ ਵਾਸਤੇ ਤਾਂ ਕਿ ਉਹਨਾਂ ਨਾਲ ਜਿਹੜਾ ਤਾਲਮੇਲ ਆ ਉਹ ਬਣਾਉਣ ਤੇ ਉਹਨਾਂ ਨੂੰ ਮੰਨਣ ਮਨਾਉਣ ਕਿ ਕਿਹੜੇ ਸੀਐਮ ਬਣਨਾ ਤੇ ਕਿਹੜੇ ਡਿਫਟੀ ਸੀਐਮ ਬਣਨਾ ਫਿਰ ਸ਼ਾਇਦ ਜਦੋਂ ਇਹ ਅੰਦਰਖਾਤੇ ਤੈਅ ਹੋ ਗਿਆ ਜਦ ਤੱਕ 10 ਤਰੀਕ ਵੀ ਆ ਜਾਣੀਆਂ 8 ਤਰੀਕ ਤੱਕ ਇਹਨਾਂ ਦਾ ਰਿਮਾਂਡ ਹੈਗਾ ਤੇ ਫਿਰ 10 ਤਰੀਕ ਆ ਗਈ ਜੇ ਸੀਟਾ ਸੂਟਾ ਪਾਸਰਦੀਆਂ ਆ ਗਈਆਂ ਤੇ ਫਿਰ ਇਹ ਅੰਦਰਖਾਤੇ ਗੱਠਜੋੜ ਹੋ ਸਕਦਾ ਹੁਣ ਮੈਂ ਅਗਲਾ ਫੇਸਬੁੱਕ ਡਾਕੇ ਇਹਨੂੰ ਮੌਕਾ ਦੇਣ ਤੋਂ ਪਹਿਲਾਂ ਦੋ ਦੁੱਖ ਦੀਆਂ ਖਬਰਾਂ ਤੁਹਾਡਾ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਏ ਵੀ ਦੁਖਦਾਈ ਗੱਲਾਂ ਨੇ ਜੀ ਇੱਕ ਤਾਂ ਅਮਰਜੀਤ ਗੁਰਦਾਸਪੁਰੀ ਗਾਇਕ ਨੇ ਬਹੁਤ ਪੁਰਾਣੇ ਤੇ ਬਹੁਤ ਵਧੀਆ ਬੜੇ ਮਸ਼ਹੂਰ ਗਾਇਕ ਉਹਨਾਂ ਦੀ ਡੈਥ ਹੋ ਗਈ ਹੈ ਜੀ 84 ਸਾਲ ਦੀ ਉਮਰ ਸੀ ਉਹਨਾਂ ਦੀ ਤਾਂ ਦੂਜਾ ਬਾਬੂ ਸਿੰਘ ਮਾਨ ਮਰਾੜਾ ਵਾਲਾ ਜਿਹੜਾ ਉਹਨਾਂ ਦਾ ਪੁੱਤਰ ਰਵੀ ਮਾਨ ਰਵੀ ਪ੍ਰਕਾਸ਼ ਮਾਨ ਹੈਗਾ ਰਵੀ ਪ੍ਰਕਾਸ਼ ਸਿੰਘ ਮਾਨ ਉਹਦਾ ਨਾਮ ਪੂਰਾ ਰਵੀ ਮਾਨ ਹੀ ਕਹਿੰਦੇ ਸੀਗੇ ਉਹ ਵੀ ਇੱਕ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਆ ਅਮਿਤੋਜ ਮਾਨ ਨੂੰ ਵੀ ਸਾਡੇ ਦਰਸ਼ਕ ਜਾਣਦੇ ਹੋਣਗੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਹਵਾਏ ਤੇ ਹੋਰ ਤੇ ਉਹਦੇ ਵਿੱਚ ਉਹਨਾਂ ਨੇ ਬੜਾ ਵਧੀਆ ਕੰਮ ਵੀ ਕੀਤਾ ਐਕਟਰ ਵੀ ਨੇ ਡਾਇਰੈਕਟਰ ਵੀ ਨੇ ਤੇ ਬਾਉ ਸਿੰਘ ਮਾਨੜਾਰਾ ਸਾਰੇ ਜਾਣਦੇ ਨੇ ਸੋ ਬਾਉ ਸਿੰਘ ਮਾਨੜਾਰਾ ਵਾਲੇ ਦੇ ਪਰਿਵਾਰ ਨੂੰ ਇਹ ਸਦਮਾ ਲੱਗਿਆ ਕਿ ਰਵੀ ਮਾਨ ਜਿਹੜੇ ਮੁਹਾਲੀ ਵਿੱਚ ਰਹਿੰਦੇ ਸੀਗੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸੀਗੇ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਮਾੜੀਆਂ ਮੰਦ ਭਗੀਆਂ ਖਬਰਾਂ ਨੇ ਤੇ ਹੁਣ ਮੈਂ ਕਹਿੰਦਾ ਅਸੀਂ ਉਹਨੂੰ ਮੌਕਾ ਦੇਣਾ ਹੈਗਾ ਫੇਸਬੁੱਕ ਡਾਕਿਏ ਨੂੰ ਇੱਕ ਬ੍ਰੇਕ ਲੈ ਲੈਣੇ ਆ ਜੀ ਬ੍ਰੇਕ ਤੋਂ ਬਾਅਦ ਫਿਰ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਫੇਸਬੁੱਕ ਡਾਕਿਏ ਜਿਹੜਾ ਉਹ ਲੈ ਕੇ ਆਇਆ ਕਰਾਂਗੇ ਇਸੇ ਤਰ੍ਹਾਂ ਪ੍ਰੋਗਰਾਮ ਦਾ ਫਾਰਮੈਟ ਜਿਹੜਾ ਆਉਣ ਵਾਲੇ ਸਮੇਂ ਵਿੱਚ ਕੋ ਵੀ ਇਦਾਂ ਦਾ ਬਣਾਈਏ ਤਾਂ ਕਿ ਦੋ ਸੈਗਮੈਂਟ ਜਿਹੜੇ ਆ ਉਹ ਪਹਿਲਾਂ ਜਿਹੜੇ ਦਰਸ਼ਕ ਸਿਰਫ ਦੇਖਣਾ ਚਾਹੁੰਦੇ ਨੇ ਟੀਵੀ ਜਾਂ ਬਹੁਤ ਸਾਰੇ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਦਾ ਹਾਂ ਉਹ ਸਾਡੇ ਪ੍ਰੋਗਰਾਮਾਂ ਦੇ ਖਾਸ ਤੌਰ ਤੇ ਮੇਰੇ ਪ੍ਰੋਗਰਾਮ ਦੇ ਤਿੰਨ ਤਰ੍ਹਾਂ ਦੇ ਦਰਸ਼ਕ ਨੇ ਇੱਕ ਤਾਂ ਉਹ ਦਰਸ਼ਕ ਆ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਦੇਖਣਾ ਇੱਕ ਉਹ ਦਰਸ਼ਕ ਨੇ ਜਿਨ੍ਹਾਂ ਨੇ ਜਿੰਨੀ देर ਮੈਂ ਬੋਲਦਾ ਕੱਲਾ ਕੋਈ ਚੀਜ਼ ਦਿਖਾਉਣਾ ਕੋਈ ਵੀਡੀਓ ਦਿਖਾਉਣਾ ਕੋਈ ਗੱਲਬਾਤ ਕਰਦਾ ਉਨੀ ਦੇਰ ਉਹ ਟੀਵੀ ਦੇਖਦੇ ਨੇ ਸੱਚੀ ਗੱਲ ਆ ਇਹ ਤੇ ਜਦੋਂ ਕਾਲਾਂ ਸ਼ੁਰੂ ਹੋ ਜਾਂਦੀਆਂ ਉਹ ਚੈਨਲ ਚੇਂਜ ਕਰ ਦਿੰਦੇ ਨੇ ਇੱਕ ਦਰਸ਼ਕ ਉਹ ਨੇ ਜਿਨ੍ਹਾਂ ਨੇ ਕਾਲ ਕਰਨੀ ਆ ਪ੍ਰੋਗਰਾਮ ਵੀ ਦੇਖਣਾ ਕਾਲ ਵੀ ਕਰਨੀ ਆ ਸਾਰੇ ਹਰ ਤਰ੍ਹਾਂ ਦੇ ਦਰਸ਼ਕ ਨੇ ਸੋ ਮੈਂ ਹੁਣ ਕੋਸ਼ਿਸ਼ ਆਉਣ ਵਾਲੇ ਸਮੇਂ 'ਚ ਇਹੀ ਕਰਾਂਗੇ ਵੀ ਦੋ ਸੈਗਮੈਂਟ ਜਿਹੜੇ ਅਸੀਂ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਵਧੀਆ ਮਨੋਰੰਜਨ ਤੁਹਾਡਾ ਕਰ ਸਕੀਏ ਤੇ ਬਾਕੀ ਸਮਾਂ ਜਿਹੜਾ ਹੈਗਾ ਕਾਲਾਂ ਦੇ ਨਾਲ ਤੁਹਾਡੇ ਨਾਲ ਬਤਾ ਸਕੀਏ ਆਉਣ ਵਾਲੇ ਸਮੇਂ 'ਚ ਪ੍ਰੋਗਰਾਮ ਨੂੰ ਨਵਾਂ ਰੰਗ ਰੂਪ ਕਹਿੰਦੇ ਨੇ ਰਗਨ ਰਗਨ ਕਹਿੰਦੇ ਆ ਬਿਦਵਾਲੀ ਦੇ ਘਰਾਂ ਦੇ ਚ ਕਲੀ ਕਰਦੇ ਨਾਲ ਸਫਾਈਪੀ ਹੋ ਜਾਂਦੀ ਆ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਨਵਾਂ ਰੰਗ ਢੰਗ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਹੁਣ ਇੱਕ ਬ੍ਰੇਕ ਲੈ ਲੈਂਦੇ ਆ ਜੀ ਬ੍ਰੇਕ ਤੋਂ ਬਾਅਦ ਫੇਸਬੁੱਕ ਟਾਕੇ ਇਹਨੂੰ ਮੇਕਾ ਦੇਵਾਂਗੇ ਥੋੜੀ ਦੇਰ ਵਾਸਤੇ ਉਸ ਤੋਂ ਬਾਅਦ ਤੁਹਾਡੀਆਂ ਕੱਲ ਆ ਲਾਵਾਂਗੇ ਤੇ ਵਿਸ਼ਾ ਆਪਣਾ ਅੱਜ ਵੀ ਪਿੰਡਾਂ ਦੇ ਵਿੱਚ ਹੀ ਚੱਲਾਂਗੇ ਪਿੰਡਾਂ ਦੀਆਂ ਗੱਲਾਂ ਕਰਾਂਗੇ ਪਿੰਡਾਂ ਨੂੰ ਯਾਦ ਕਰਾਂਗੇ ਪਿੰਡਾਂ ਦੇ ਪੁਰਾਣਾ ਰੰਗ ਲੱਗ ਬਗ तकरीबन तकरीबन ਜਦੋਂ ਮੈਂ ਛੋਟਾ ਹੁੰਦਾ ਸੀ 40 ਸਾਲ ਪਹਿਲਾਂ ਉੱਥੇ ਕ ਆਪਾਂ ਜਾਵਾਂਗੇ ਉਦੋਂ 40 ਸਾਲ ਪਹਿਲਾਂ ਵਾਲੇ ਵੀ ਬੰਦੇ ਹੋਣੇ ਆ ਮੇਰੇ ਮੇਰੇ ਜੇ ਦਾਦਰ ਜੇ ਵੀ ਹੋਣੇ ਆ ਕਈ ਅਧਖੜ ਜੇ ਜਿਹਨੂੰ ਅਸੀਂ ਤੇ 40 ਸਾਲ ਤੋਂ ਪਹਿਲਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਉਦੋਂ ਪਹਿਲਾ ਸਮਾਂ ਵੀ ਦੇਖਿਆ ਤੇ ਅੱਜ ਕੱਲ ਦੇ ਯੂਥ ਜਨਰੇਸ਼ਨ ਆ ਜਿਨ੍ਹਾਂ ਨੂੰ ਉਸ ਚੀਜ਼ ਦਾ ਨਹੀਂ ਪਤਾ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਐਲੈਕਟ ਬ੍ਰੇਕ ਲੈਨੇ ਆ ਦੇਖਦੇ ਰਹੋ ਜਸਪਿੰਦਰ ਲੈ ਕੇ ਆਇਆ ਔਰ ਇਹ ਛੋਟੂਆਂ ਤਕਰੀਬਾਂ ਆ ਜਿਹੜੀਆਂ ਹੁੰਦੀਆਂ ਉਹ ਉਹ ਹੁੰਦੀਆਂ ਜਿਹੜੀਆਂ ਕਿ ਸਿਰਫ ਭਾਰਤ ਦੇ ਵਿੱਚ ਹੀ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਬਾਹਰਲੇ ਮੁਲਕਾਂ ਦੇ ਵਿੱਚ ਉਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਇਟ ਹੈਪਨਸ ਓਨਲੀ ਇਨ ਇੰਡੀਆ ਅਸੀਂ ਕਹਿ ਸਕਦੇ ਹਾਂ ਚਾਹੇ ਚੰਗੀਆਂ ਚਾਹੇ ਮਾੜੀਆਂ ਪਹਿਲੀ ਫੋਟੋ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਜਾ ਰਿਹਾ ਜੀ ਸਿਆਣੇ ਕਿ ਘਰ ਦੇ ਵਿੱਚ ਪਕਵਾਨ ਜਿੰਨਾ ਮਰਜ਼ੀ ਵਧੀਆ ਬਣਿਆ ਹੋਵੇ। ਅਗਰ ਉਹਨੂੰ ਪਰੋਸਿਆ ਸਹੀ ਢੰਗ ਨਾਲ ਨਹੀਂ ਹੈ ਜਿੰਨੇ ਮਰਜ਼ੀ ਖਾਣੇ 50 60 ਬਣਾ ਲਓ। ਅਗਰ ਪਰੋਸੇ ਢੰਗ ਦੇ ਨਾਲ ਨਹੀਂ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਖਾਣ ਦਾ ਸੁਆਦ ਨਹੀਂ ਆਉਂਦਾ। ਕਈ ਘਰੇ ਖਾਣ ਜਾਓ ਤੇ ਮੇਰੇ ਵਰਗੇ ਸਭ ਤੋਂ ਪਹਿਲਾਂ ਤੇ ਆਪਾਂ ਆਮ ਸਲਾਦ ਰੱਖਦੇ ਹਾਂ ਰੋਟੀ ਅਗਰ ਖਾਣ ਲੱਗਿਆ ਤੇ ਫੇਰ ਦਾਲ ਸਬਜ਼ੀ ਲਿਉਂਨੇ ਫੇਰ ਰੋਟੀਆਂ ਲਿਉਂਨੇ ਆ ਉਹ ਰੋਟੀਆਂ ਮੇਰੇ ਵਰਗੇ ਪਹਿਲਾਂ ਹੀ ਰੱਖ ਜਾਂਦੇ ਪਲੇਟ ਦੇ ਵਿੱਚ ਪਾ ਕੇ ਤੇ ਜਦ ਨੂੰ ਵਾਵਾ دیر ਬਾਅਦ दाल ਸਬਜੀ ਆਉਂਦੀ ਤੁਹਾਨੂੰ ਰੋਟੀ ਠੰਡੀ ਹੋ ਜਾਂਦੀ ਹੈ ਜਦੋਂ ਰੋਟੀ ਸ਼ੁਰੂ ਕਰਦੇ ਆ ਖਾਣ ਅੱਧੀ ਖਾਲੀ ਹੁੰਦੀ ਹੈ ਸਲਾਦ ਆ ਜਾਂਦਾ ਤੇ ਕਈ ਵਾਰੀ ਸਵੀਟੇਜ ਪਹਿਲੇ ਆ ਜਾਂਦੀ ਆ ਪਰ ਜੇ ਚੀਜ਼ ਸਲੀਕੇ ਨਾਲ ਪ੍ਰੈਜੈਂਟੇਸ਼ਨ ਹੀ ਕਹਿੰਦੇ ਹੁੰਦੀ ਆ ਆਲੂ ਉਹੀ ਹੈ ਆਮ ਉਹ 20-25 ਰੁਪਏ ਕਿਲੋ ਹੁਣ ਜਦੋਂ ਚਿਪਸ ਬਣ ਜਾਂਦੀ ਆ ਤੇ ਉਹੀ 150 ਦਾ ਬਣ ਜਾਂਦਾ ਤੇ ਜਦੋਂ 5 ਸਟਾਰ ਹੋਟਲਾਂ ਚਲ ਜਾਂਦਾ ਉਹੀ ਆਲੂ 500 ਰੁਪਏ ਕਿਲੋ ਨੂੰ ਹੋ ਜਾਂਦਾ ਸੋ ਪ੍ਰੈਜੈਂਟੇਸ਼ਨ ਦੀ ਗੱਲ ਹੈ ਇੱਕ ਹੈ ਫੜੀ ਲਾਈ ਹੋਈ ਆ ਕਿਸੇ ਨੇ ਸੜਕ ਦੇ ਉੱਪਰ ਸਬਜੀ ਦੀ ਪਰ ਇੰਨੀ ਸੋਹਣੀ ਪ੍ਰੈਜੈਂਟੇਸ਼ਨ ਮੇਰਾ ਨਹੀਂ ਖਿਆਲ ਵੀ ਜਿਹਨੂੰ ਸਬਜੀ ਦੀ ਨਹੀਂ ਵੀ ਲੋੜ ਬਤਾਉਂ ਚਾਹੇ ਕੋਈ ਖਾਂਦਾ ਨਾ ਹੋਵੇ ਕਰੇ ਬਾੜਦਾ ਨਾ ਹੋਵੇ ਉਹ ਵੀ ਖਰੀਦੂਗਾ ਯਾਰ ਲਾਏ ਬੜੇ ਸੋਹਣੇ ਆ ਟਿਕਾ ਕੇ ਤੇ ਲੈ ਹੀ ਲਈਏ ਭਾਈ ਆਧਾ ਕਿਲੋ ਸੋ ਇਹ ਦੇਖੋ ਜੀ ਬੜੀ ਵਧੀਆ ਲੱਗੀ ਫੋਟੋ ਮਨ ਤੁਹਾਡਾ ਸਿੰਘ ਜੀ ਕੀਤੀ ਬੜੇ ਸਲੀਕੇ ਦੇ ਨਾਲ ਸਬਜੀ ਸਜਾਈ ਹੋਈ ਹੈ ਸਬਜੀ ਵੇਚਣ ਵਾਲੇ ਨੇ ਔਰ ਸਲੀਕੇ ਦੀ ਹੀ ਗੱਲ ਆ ਸਾਰੀ ਕੁੱਲ ਮਿਲਾ ਕੇ ਚਾਹੇ ਬੁਲੰਦ ਦਾ ਸਲੀਕਾ ਹੋਵੇ ਚਾਹੇ ਪ੍ਰੈਜੈਂਟੇਸ਼ਨ ਦਾ ਕੁਝ ਪੇਸ਼ ਕਰਨ ਦਾ ਤਰੀਕਾ ਹੋਵੇ ਚਾਹੇ ਸਟੇਜ ਤੇ ਪੇਸ਼ ਕਰਨ ਦਾ ਤਰੀਕਾ ਹੋਵੇ ਚਾਹੇ ਭਾਸ਼ਣ ਪੇਸ਼ ਕਰਨ ਦਾ ਤਰੀਕ तरीके ਤੇ ਹੀ ਸਾਰਾ ਕੁਝ ਡਿਪੈਂਡ ਕਰਦਾ ਸਲੀਕੇ ਤੇ ਤੇ ਤਰੀਕੇ ਤੇ ਹਾਂਜੀ ਅਗਲੀ ਫੋਟੋ ਬੜੀ ਖਤਰਨਾਕ ਹੈ ਜੀ ਉਹ ਵੀ ਸਿਰਫ ਭਾਰਤ ਦੇ ਵਿੱਚ ਹੀ ਹੋ ਸਕਦਾ ਪਹਿਲੀ ਫੋਟੋ ਸਬਜ਼ੀਆਂ ਵਾਲੀ ਭਾਰਤ ਦੇ ਵਿੱਚ ਹੀ ਹੈ ਬਾਹਰਲੇ ਮੁਲਕਾਂ ਦੇ ਸਬਜ਼ੀ ਜਿੱਦਾਂ ਥੱਲੇ ਕੋਈ ਲਾਉਂਦਾ ਦੇਖਿਆ ਨਹੀਂ ਆਹ ਰੇੜੀਆਂ ਜਰੂਰ ਲੱਗਦੀਆਂ ਨੇ ਕਈ ਜਗ੍ਹਾ ਮੰਡੀ ਆਪਣੀ ਮੰਡੀ ਵਾਂਗੂ ਬਕਾਇਦਾ ਲੱਗਦੀਆਂ ਨੇ ਇੱਥੇ ਵੀ ਸੈਕਰਮੈਂਟੋ ਸੀ ਸੀਗੇ ਤੇ ਚੀਨਿਆਂ ਦੀ ਮੰਡੀ ਲੱਗਦੀ ਹੁੰਦੀ ਸੀ ਸਵੇਰੇ ਦੁਪਹਿਰੇ 12 1 ਵਜੇ ਤੱਕ ਲੱਗਦੀ ਹੁੰਦੀ ਸੀ ਸਵੇਰੇ 6-7 ਵਜੇ ਤੋਂ ਲੈ ਕੇ ਤਾਜ਼ੀਆਂ ਸਾਰਾ ਕੁਝ ਮਿਲਦਾ ਹੁੰਦਾ ਸੀ ਉਹ ਵੀ ਰੇੜੀ ਮਾਰਕੀਟ ਦਾ ਨਜ਼ਾਰਾ ਉੱਚ ਆ ਜਾਂਦਾ ਸੀ ਪਿੰਡਾਂ ਦਾ ਪਰ ਇਹ ਫੋਟੋ ਜਿਹੜੀ ਅਗਲੀ ਹੈ ਉਹਦੇ 'ਚ ਇੱਕ ਖੋਤਾ ਜਿਹੜਾ ਆਪਾਂ ਕਹਿੰਨੇ ਖੋਤਾ ਤਾਂ ਵੈਸੇ ਹੀ ਮਾਰ ਨਹੀਂ ਹੁੰਦਾ ਤੇ ਜੇ ਕਿਤੇ ਉਚਾਈ ਤੇ ਚੜ ਜਾਏ ਤਾਂ ਫੇਰ ਤਾਂ ਖੋਤੇ ਨੇ ਕੀ ਕਹਿਣਾ ਇੱਕ ਫੋਟੋ ਸਾਨੂੰ ਕਿਸੇ ਨੇ ਭੇਜੀ ਆ ਖੋਤਾ ਤਾਰਾਂ ਦੇ ਵਿੱਚ ਉੱਪਰ ਬੈਠਾ ਖੰਭੇ ਦੇ ਉੱਪਰ ਉਹ ਕਹਿੰਦੇ ਜੀ ਵੀ ਹੈਰਾਨੀ ਇਹ ਨਹੀਂ ਹੈ ਕਿ ਖੋਤਾ ਉੱਥੇ ਬੈਠਾ ਹੈਰਾਨੀ ਇਹ ਆ ਵੀ ਖੋਤੇ ਨੂੰ ਇੰਨੀ ਉੱਚੀ ਜਗ੍ਹਾ ਬਿਠਾਇਆ ਕਿਨੇ ਜਾ ਕੇ ਮਤਲਬ ਇਹ ਕਹਿੰਦੇ ਹੁੰਦੇ ਨਾ ਜੀ ਸਿਰ ਤੇ ਬਿਠਾਉਣਾ ਬੰਦੇ ਨੂੰ ਸਿਰ ਤੇ ਬਿਠਾ ਲਓ ਤੇ ਉਹ ਵੀ ਕੁੱਛੜ ਬੈ ਕੇ ਦਾੜੀ ਪੁੱਟਦਾ ਸੋ ਖੋਤਾ ਏਡੀ ਉੱਚਾ ਚੜ ਗਿਆ ਲਾਇਆ ਤੇ ਕਿਸੇ ਨੇ ਕਿਸੇ ਦੇ ਉੱਪਰ ਤਵਾਈਆ ਪਰ ਆਪਾਂ ਉਹ ਗੱਲ ਨਹੀਂ ਕਰਨੀ ਫੋਟੋ ਇੱਕ ਵੱਖਰੀ ਤਰ੍ਹਾਂ ਦੀ ਹੈਗੀ ਆ ਖੋਤਾ ਜੀ ਖੰਬੇ ਦੇ ਉੱਪਰ ਤਾਰਾਂ ਦੇ ਉੱਪਰ ਚੜੇ ਕਿਵੇਂ ਆ ਜਾਂ ਤਾਂ ਮੈਨੂੰ ਇਹ ਲੱਗਿਆ ਸੀ ਪਹਿਲਾਂ ਵੀ ਐਡਿਟ ਕੀਤੀ ਹੈ ਕਿਸੇ ਨੇ ਫੋਟੋ ਐਡਿਟ ਨਹੀਂ ਕੀਤੀ ਜੋ ਕੋਈ ਨਾ ਕੋਈ ਤਰੀਕਾ ਹੀ ਹੈ ਕੋਈ ਪਾਣਾ ਹੀ ਵਰਤਿਆ ਕਿ ਖੋਤਾ ਸਾਹਿਬ ਏਡੀ ਦੂਰ ਪਹੁੰਚੇ ਨੇ ਅਗਲੀ ਗੱਲ ਕਰੀਏ ਜੀ ਇਹ ਵੀ ਭਾਰਤ ਦੇ ਵਿੱਚ ਹੀ ਹੋ ਸਕਦਾ ਸਾਈਕਲ ਹੈਗੇ ਨੇ ਇਧਰ ਵੀ ਭਾਰਤ ਦੇ ਵਿੱਚ ਵੀ ਨੇ ਪਰ ਇਧਰ ਲਈ ਸਾਈਕਲ ਤੇ ਉਧਰ ਲਈ ਸਾਈਕਲ ਦਾ ਫਰਕ ਚਲਾਉਣ ਦਾ ਫਰਕ ਹੈ ਇਧਰ ਲੋਕ ਜਿਹੜੇ ਸ਼ੌਕ ਨੂੰ ਸਿਰਫ ਸਾਈਕਲ ਚਲਾਉਂਦੇ ਨੇ ਭਾ ਆਪਣਾ ਫਿੱਟ ਰੱਖਣ ਵਾਸਤੇ ਸਾਈਕਲ ਚਲਾਉਂਦੇ ਨੇ ਉੱਥੇ ਹਜੇ ਵੀ ਵੈਸੇ ਦਾ ਮਹਿੰਗੀਆਂ ਕਾਰਾਂ ਰੱਖ ਕੇ ਲੋਕ ਜਾਂਦੇ ਨੇ ਜਾ ਕੇ ਜਿਮਾਂ ਦੇ ਵਿੱਚ ਉੱਥੇ ਕਾਰ ਖੜਾਉਂਦੇ ਨੇ ਤੇ ਉੱਥੇ ਪੈਸੇ ਦੇ ਕੇ ਫਿਰ ਸਾਈਕਲ ਚਲਾਉਂਦੇ ਨੇ ਇੱਕ ਤਾਂ ਉਹ ਸਾਈਕਲ ਵਾਲੇ ਨੇ ਇੱਕ ਉਹ ਸਾਈਕਲ ਵਾਲੇ ਨੇ ਜਿਹੜੇ ਗਰੀਬ ਨੇ ਜਿੰਨਾਂ ਨੂੰ ਸਾਈਕਲ ਮਜ਼ਦੂਰੀ ਕਰਨ ਵਾਸਤੇ ਚਲਾਉਣਾ ਪੈਂਦਾ ਕਿਤੇ ਜਾਣ ਵਾਸਤੇ ਮਜ਼ਦੂਰੀ ਕਰਨ ਵਾਸਤੇ ਚਲਾਉਣਾ ਪੈਂਦਾ ਤੇ ਉਹਨਾਂ ਨੂੰ ਬੜਾ ਕੁਝ ਰੱਖ ਕੇ ਸਾਈਕਲ ਦੇ ਉੱਪਰ ਲਿਜਾਣਾ ਪੈਂਦਾ ਕਿੰਨਾ ਕੁਝ ਲੱਦ ਕੇ ਆਹ ਫੋਟੋ ਜਿਹੜੀ ਹੈਗੀ ਮੈਨੂੰ ਇਹਦੀ ਸਮਝ ਨਹੀਂ ਆਈ ਵੀ ਵੈਸੇ ਇੰਨਾ ਸਾਈਕਲ ਦਾ ਬੈਲੈਂਸ ਬਣ ਨਹੀਂ ਸਕਦਾ ਤੇ ਮੈਨੂੰ ਇਹ ਲੱਗਦਾ ਵੀ ਸਟੈਂਡ ਵੀ ਨਹੀਂ ਲੱਗਿਆ ਹੋਇਆ ਤੇ ਇਹ ਫੋਟੋ ਹੈ ਕਿਹੜੀ ਹੈ ਤੁਸੀਂ ਆਪੇ ਹੀ ਦੇਖ ਲਓ ਸਾਈਕਲ ਦੇ ਉੱਪਰ ਲੱਕੜਾਂ ਲੱਦੀਆਂ ਹੋਈਆਂ ਬੰਦੇ ਨੇ ਤੇ ਹਜੇ ਬੰਧ ਰਿਹਾ ਉੱਪਰ ਟਿਊਬ ਦੇ ਨਾਲ ਸਾਈਕਲ ਦੀ ਟਿਊਬ ਚੇਤਾ ਹੋਣਾ ਸਾਡੇ ਦਰਸ਼ਕਾਂ ਨੂੰ ਕੋਈ ਵੀ ਸਾਈਕਲ ਦੀ ਕਾਠੀ ਪਿੱਛੇ ਰੱਖ ਕੇ ਜਦ ਮੁੜ ਕੇ ਟਿਊਬ ਦੇ ਨਾਲ ਮੋੜ ਲਈ ਕਾਠੀ ਤੋਂ ਦੀ ਬੰਨ ਕੇ ਪਿੱਛੇ ਬੰਨੀਦਾ ਸੀ ਕੁਝ ਨਾ ਕੁਝ ਬੜਾ ਨਜ਼ਾਰਾ ਹੁੰਦਾ ਸੀ ਵੱਖਰਾ ਕੁਝ ਨਾ ਕੁਝ ਸ਼ਹਿਰੋਂ ਲੈ ਕੇ ਆਉਣਾ ਕੁਝ ਨਾ ਕੁਝ ਜਦੋਂ ਆਟਾ ਰੱਖਣ ਜਾਣਾ ਚੱਕੀ ਦੇ ਉੱਪਰ ਦਾਣੇ ਰੱਖਣ ਜਾਣਾ ਉਦੋਂ ਵੀ ਫਿਰ ਟਿਊਬ ਦੇ ਨਾਲ ਬੰਨ ਲੀਦੇ ਸੀ ਤਾਂ ਬੜਾ ਵਧੀਆ ਨਜ਼ਾਰਾ ਹੁੰਦਾ ਸੀ ਇਹ ਭਾਈ ਸਾਹਿਬ ਨੇ ਇੰਨੀਆਂ ਲੱਕੜਾਂ ਕਿੱਦਾਂ ਰੱਖੀਆਂ ਤੇ ਕਿਵੇਂ ਉੱਥੇ ਤੇ ਉੱਤੇ ਚੜਿਆ ਬੰਨਣ ਵਾਸਤੇ ਤੇ ਕਿਵੇਂ ਉਹਨੂੰ ਕਰ ਰਿਹਾ ਮੈਨੇਜ ਇਹ ਪਾ ਇਹ ਹੀ ਜਾਣਦਾ ਹੋਣਾ ਜੀ ਲਓ ਜੀ ਆਖਰੀ ਫੋਟੋ ਦਿਖਾਉਂਦੇ ਆ ਜੀ ਕਿਸੇ ਨੇ ਘਰ ਵਿਕਾਊ ਹੈਗਾ ਅੱਜਕੱਲ੍ਹ ਘਰਾਂ ਦਾ ਕੰਮ ਹਜੇ ਵੀ ਕਹਿੰਦੇ ਕਾਫੀ ਤੇਜ਼ ਆ ਉਂ ਵਿਆਜ ਬੂਜ ਮਹਿੰਗੇ ਹੋ ਗਏ ਸ਼ਾਇਦ ਥੋੜੀ ਕੋ ਠਲ ਪੈ ਜਾਏ ਮਾਰਚ ਦੇ ਵਿੱਚ ਪਰ ਹਜੇ ਤੇਜ਼ ਹੀ ਕਿਸੇ ਨੇ ਘਰ ਮੁੱਲ ਲੈਣਾ ਹੋਵੇ ਤਾਂ ਉਹ ਇੱਕ ਵਾਰ ਤੁਹਾਨੂੰ ਫੋਟੋ ਦਿਖਾ ਦਿੰਨਾ ਜੇ ਉਹ ਭਾਪਤਾ ਕਰਨਾ ਹੋਵੇ ਤਾਂ ਮੈਨੂੰ ਫੋਨ ਕਰ ਲਿਓ ਦੇਖੋ ਜੀ ਫੋਟੋ ਜਰਾ ਘਰ ਬੰਦੇ ਨੇ ਕਿੱਥੇ ਪਾਇਆ ਹੋਇਆ ਇਹਨੂੰ ਕਹਿੰਦੇ ਆ ਖਜੂਰ 'ਤੇ ਲਟਕਾ ਇਹ ਕਿਸੇ ਨੇ ਦੇਖੋ ਜੀ ਬਕਾਇਦਾ ਖਜੂਰ ਦੇ ਉੱਪਰ ਸਿਰੇ ਤੇ ਜਾ ਕੇ ਝੋਪੜੀ ਜੀ ਬਣਾਈਆਂ ਬੈਲੈਂਸ ਬਣਾਇਆ ਹੋਇਆ ਉੱਪਰ ਤੇ ਉਦੋਂ ਬਾਅਦ ਪੌਡੇ ਲਾਏ ਹੋਏ ਨੇ ਖਜੂਰ ਦੇ ਉੱਪਰ ਚੜਨ ਵਾਸਤੇ ਬਕਾਇਦਾ ਪੌਡੇ ਲਾਏ ਨੇ ਪਰ ਇਹ ਮੇਰੇ ਖਿਆਲ ਘਰ ਇਹ ਇੰਨਾ ਉੱਚਾ ਬਣਾਇਆ ਵੀ ਜੇ ਨੇਰੀ ਨੂਰੀ ਆ ਗਈ ਤੇ ਪਤਾ ਲੱਗੇ ਵੀ ਇਹੀ ਕਰ ਤਲੰਮ ਦੇ ਥੱਲੇ ਆੜ ਗਿਆ ਨਾਲ ਸਣੇ ਬੰਦਾ ਸੁੱਤਿਆ ਪਿਆ ਥੱਲੇ ਡਿਗਾ ਥੱਲੇ ਆ ਕੇ ਦੇਦਾਂ ਮੈਂ ਕਹਾਂ ਹਾਂ ਮੈਂ ਕਹਾਂ ਆ ਗਿਆ ਕਹਾਂ ਆ ਗਿਆ ਕਹਾਂ ਆ ਗਿਆ ਚਲੋ ਖੈਰ ਇਹ ਕਰਦੀਆਂ ਗੱਲਾਂ ਇਹ ਫੋਟੋਆਂ ਸੀਗੀਆਂ ਵੀਡੀਓ ਦੋ ਸਾਡਾ ਸਾਂਝੀਆਂ ਕਰਦੇ ਤੁਹਾਡੇ ਨਾਲ ਉਦੋਂ ਬਾਅਦ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਕੱਲਾਂ ਲਵਾਂਗੇ ਫਟਾਫਟ ਸੋ ਵੀਡੀਓ ਜਿਹੜੀ ਹੈਗੀਆਂ ਜੀ ਦੋ ਵੀਡੀਓ ਮੈਂ ਆਪਣੀਆਂ ਹੀ ਸ਼ੇਅਰ ਕਰਨ ਲੱਗਿਆ ਤੁਹਾਡਾ ਜਿਹਦੇ ਵਿੱਚ ਮੈਂ ਵੀ ਆ ਜਾਨੀ ਕਿ ਭਗਵੰਤ ਮਾਨ ਦੇ ਨਾਲ ਜਦੋਂ ਸਾਡੀਆਂ ਕੈਸਟਾ ਵੀਡੀਓ ਆਉਂਦੀਆਂ ਸੀ ਉਦੋਂ ਦੀਆਂ ਯਾਦਾਂ ਤਾਜ਼ਾ ਕਰਨ ਲੱਗੇ ਆ ਯਾਦਾਂ ਵਤਨ ਦੀਆਂ ਔਰ ਯਾਦਾਂ ਜੀ ਵਧੀਆ ਬਹੁਤ ਸਾਰੇ ਦਰਸ਼ਕ ਨਹੀਂ ਦੇਖੀਆਂ ਹੋਣੀਆਂ ਉਹ ਚੀਜ਼ਾਂ ਜਿਹੜੀਆਂ ਉਦੋਂ ਅਸੀਂ ਕੀਤੀਆਂ ਸੀਗੀਆਂ ਕਾਮੇਡੀ ਦੇ ਵਿੱਚ ਬੜਾ ਪ੍ਰੋਗਰਾਮ ਕੀਤੇ ਬੜੇ ਪ੍ਰੋਗਰਾਮ ਕੀਤੇ ਆ ਤੇ ਇੱਕ ਸਾਡਾ ਬਹੁਤ ਮਸ਼ਹੂਰ ਹੁੰਦਾ ਸੀਗਾ ਜਿਹੜਾ ਸਕੂਲ ਦਾ ਬਹੁਤ ਮਸ਼ਹੂਰ ਹੁੰਦਾ ਸੀ ਸਕੂਲ ਜਿਹੜਾ ਬਹੁਤ ਦੁਨੀਆ ਦੇਖਦੀ ਹਜੇ ਵੀ ਸਕੂਲ ਦੀ ਜ਼ਿਕਰ ਕਰਦੇ ਨੇ ਇੱਕ ਸਕੂਲ ਦੇ ਵਿੱਚ ਮੈਂ ਮਾਸਟਰ ਬਣਿਆ ਕਰਮਜੀਤ ਅਨਮੋਲ ਹੈ ਭਗਵੰਤ ਮਾਨ ਹੈ ਤੇ ਨਾਲ ਇੱਕ ਦਜਿੰਦਰ ਸ਼ੁਹਾਰਾ ਸੀ ਸਾਡੇ ਨਾਲ ਹੁੰਦਾ ਉਹਦੀ ਵਿਚਾਰੇ ਡੈਥ ਹੋ ਗਈ ਤੇ ਇੱਕ ਉਹ ਆ ਸ਼ੋਅ ਹੈ ਸਕਿੱਟ ਦਾ ਬਹੁਤ ਲੰਬੀ ਸੀ 8-9 ਮਿੰਟ ਦੀ ਸੀ ਵਿਤੋ ਵਿੱਚ ਥੋੜੀ ਜੀ ਤੁਹਾਨੂੰ 2-डेढ़ 2 ਮਿੰਟ ਦੀ ਕੱਟ ਕੇ ਦਿਖਾਉਣਾ ਇਹ ਦੇਖੋ ਜੀ ਇੱਕ ਸਕਿੱਟ ਤੇ ਆਨੰਦ ਮਾਣੋ ਇਹਦਾ ਇੰਜੋਏ ਕਰੋ ਸਕਿੱਟ ਨੂੰ ਤੇ ਉਸ ਤੋਂ ਬਾਅਦ ਦਿਖਾਉਨੇ ਤੁਹਾਨੂੰ ਅਗਲੀ ਸਕਿੱਟ ਹੂੰ ਮਿੱਤਾਂ ਹੈਰਾਨ ਦੇ ਛੇਤਰਾਂ ਨੂੰ ਮੈਂ ਝਾਰ ਕੇ ਪੈਰਾਂ ਵਿੱਚ ਪਾਵਾਂ ਓਏ ਮਿੱਤਾਂ ਹੂੰ ਜੀ ਵਾਕਾ ਹੀ ਮੈਨੂੰ ਮੈਂ ਹੁਣ ਨਾਲ-ਨਾਲ ਸੁਣ ਰਿਹਾ ਸੀ ਦੇਖ ਰਿਹਾ ਸੀ ਮੈਨੂੰ ਵੀ ਆਸਾ ਆ ਰਿਹਾ ਸੀ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਵੱਖਰਾ ਇੱਕ ਰੰਗ ਹੁੰਦਾ ਸੀ ਇਹਨਾਂ ਇਹਨਾਂ ਦੇ ਸਕਿੱਟਾਂ ਦੇ ਵਿੱਚ ਹਜੇ ਵੀ ਆਨੰਦ ਮਾਣਦੇ ਨੇ ਦਰਸ਼ਕ ਔਰ ਕਮਾਲ ਦੀ ਗੱਲ ਇਹ ਹੈ ਕਿ ਅੱਜ ਕੱਲ ਬਹੁਤ ਲੋਕ ਇਹ ਚੀਜ਼ਾਂ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਔਰ ਭੇਜ ਰਹੇ ਨੇ ਮੈਨੂੰ ਵੀ ਭੇਜ ਰਹੇ ਨੇ ਪੁਰਾਣੀਆਂ ਵੀਡੀਓ ਜਦੋਂ ਦੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਉਸ ਤੋਂ ਬਾਅਦ ਤਾਂ ਬਾਲੀਆਂ ਆਉਣ ਲੱਗ ਪਈਆਂ ਫੇ ਮੇਰਾ ਵੀ ਦਿਲ ਕੀਤਾ ਮੈਂ ਕਿ ਚਲੋ ਸਾਂਝੀਆਂ ਕਰਦੇ ਯਾਰ ਲੋਕੀ ਇੰਨੇ ਪਿਆਰ ਨਾਲ ਦੇਖਦੇ ਨੇ ਔਰ ਕਈ ਕਈ ਮਿਲੀਅਨ ਇਹਨਾਂ ਦੇ ਵੀਊ ਹੈਗੇ ਨੇ ਨਾਲੇ ਹੁਣ ਦਿਖਾ ਦਈਏ ਮੈਂ ਕੱਲ ਨੂੰ ਕੀਤ ਤੁਹਾਨੂੰ ਭਗਵੰਤ ਮਾਨ ਸੀਐਮ ਬਣ ਜਾਏ ਤੇ ਮੁੜ ਕੇ ਕਹਵੇ ਕੀ ਤੁਸੀਂ ਮਜ਼ਾਕ ਬਣਾਇਆ ਓ ਮੇਰੀਆਂ ਸਕਿੱਟਾਂ ਜੀਆਂ ਦਿਖਾਈ ਜਾਂਦੇ ਹੋ ਫਿਰ ਫਿਰ ਕੀਪ ਤਾਂ ਬੰਦ ਕਰ ਦੇਵੇ ਤੇ ਹੁਣ ਦਿਖਾ ਦਿੰਨੇ ਆ ਤੇ ਸਕਿੱਟਾਂ ਜੜੀਆਂ ਜੀ ਇਹ ਸਾਡੀਆਂ ਅਸੀਂ ਪ੍ਰੋਗਰਾਮ ਜਿਹੜੇ ਸਾਡੇ ਚੱਲਦੇ ਹੁੰਦੇ ਸੀ ਰੈਗੂਲਰ ਕੈਸਟਾਂ ਤਾਂ ਤੁਸੀਂ ਸੁਣੀਆਂ ਹੀ ਬਹੁਤ ਸਾਰੀਆਂ ਰੈਗੂਲਰ ਪ੍ਰੋਗਰਾਮ ਹਫਤਾਵਾਰੀ ਚੱਲਦੇ ਹੁੰਦੇ ਸੀ ਟੀਵੀਆਂ ਦੇ ਉੱਪਰ ਜਾਂ ਕਿਸੇ ਅਸੀਂ ਵੀਡੀਓ ਵਗੈਰਾ ਉਹ ਸਾਰੀਆਂ ਤੁਹਾਡੇ ਰੂਬਰੂ ਕਰੀ ਦੀਆਂ ਹੈ ਤੇ ਬਹੁਤ ਲੰਬੀਆਂ 8-9 ਮਿੰਟ ਦਾ ਇੱਕ ਸੈਗਮੈਂਟ ਹੁੰਦਾ ਸੀਗਾ ਪਰ ਇੰਨਾ ਲੰਮਾ ਆਪਾਂ ਦਿਖਾ ਨਹੀਂ ਸਕਦੇ ਦਿਖਾ ਵੀ ਸਕਦੇ ਪਰ ਸਮਾਂ ਫਿਰ ਘਟ ਜਾਂਦਾ ਤੁਹਾਡੀਆਂ ਕਾਲਾਂ ਦਾ ਹੁਣ ਬ੍ਰੇਕ ਤੋਂ ਬਾਅਦ ਤੁਹਾਡੀਆਂ ਮੇਕਾਲਾਂ ਲਵਾਂਗਾ ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਹੋਰ ਛੋਟਾ ਜਿਹਾ ਕੱਟ ਇੱਕ ਹੋਰ ਕਿਸੇ ਵੀਡੀਓ ਦਾ ਜਿਹੜੀ ਅਸੀਂ ਕਿ ਇੱਕ ਢਾਬੇ ਵਾਲੇ ਬਣੇ ਨੇ ਭਗਵੰਤ ਮਾਨ ਤੇ ਬਿੰਨੂ ਢਿੱਲੋਂ ਬਹੁਤ ਵਧੀਆ ਉਹ ਵੀ ਸਾਰਾ ਬਹੁਤ ਵਧੀਆ ਸੀ ਸੀਡੀ ਬਹੁਤ ਪਸੰਦ ਕੀਤੀ ਸਾਡੇ ਦਰਸ਼ਕਾਂ ਨੇ ਤੇ ਢਾਬੇ ਵਾਲੇ ਬਣੇ ਨੇ ਤਾਂ ਮੈਂ ਉੱਥੇ ਟਰੱਕ ਡਰਾਈਵਰ ਬਣ ਕੇ ਆਉਣਾ ਕੀ ਰੰਗ ਰੂਪ ਉਸ ਢਾਬੇ ਤੇ ਵੱਜਦਾ ਹੈ ਤੇ ਉਸ ਸਕਿੱਟ ਲੰਬੀ ਹੈ ਪਰ ਉਹ ਚ ਥੋੜੀ ਜੀ ਤੁਹਾਨੂੰ ਦਿਖਾਉਣਾ ਮੈਂ ਤੁਸੀਂ ਵੀ ਉਮੀਦ ਕਰਦਾ ਇੰਜੋਏ ਕਰੋਗੇ ਤੇ ਇਸ ਸਕਿੱਟ ਦਾ ਆਨੰਦ ਮਾਣੋ ਜੀ ਉਸ ਤੋਂ ਬਾਅਦ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਆਪਾਂ ਫਟਾਫਟ ਛੋਟਾ ਜਿਹਾ ਵਿਸ਼ਾ ਦੱਸ ਕੇ ਤੇ ਫਿਰ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰ ਲਵਾਂ ਕਾਲਾਂ ਤੁਹਾਡੀਆਂ ਆਣੀ ਸ਼ੁਰੂ ਹੋ ਗਈਆਂ ਕਾਲ ਕਰੋ ਜਦ ਤੱਕ ਤੇ ਆਨੰਦ ਮਾਣੋ ਇੰਜੋਏ ਕਰੋ ਇਸ ਸਕਿੱਟ ਤੇ ਉਸ ਤੋਂ ਬਾਅਦ ਬ੍ਰੇਕ ਵੀ ਇੰਜੋਏ ਕਰੋ ਹਾਂ ਜੀ ਹਾਜ਼ਰ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੇ ਕਾਲਾਂ ਵਾਲੇ ਪਾਸੇ ਜਾਣ ਦਾ ਸਮਾਂ ਆ ਗਿਆ ਤੇ ਨਾਲ ਦੀ ਨਾਲ ਅਗਰ ਵਿਸ਼ੇ ਦੀ ਗੱਲ ਕਰੀਏ ਤੇ ਵਿਸ਼ੇ ਦੀ ਪਹਿਲਾਂ ਮੈਂ ਦੋ ਲਾਈਨਾਂ ਤੁਹਾਡਾ ਸਾਂਝੇ ਕਰਨ ਲੱਗਾ ਕਿੰਦੇ ਮੰਜਿਆਂ ਤੇ ਬੈਂਦੇ ਸੀ ਤੇ ਕੋਲ-ਕੋਲ ਰਹਿੰਦੇ ਸੀ ਮੰਜਿਆਂ ਤੇ ਬੈਂਦੇ ਸੀ ਤੇ ਕੋਲ-ਕੋਲ ਰਹਿੰਦੇ ਸੀ ਸੋਫੇ ਬੈੱਡ ਆ ਗਏ ਤੇ فاਸਲੇ ਵਧਾ ਗਏ ਬੂਹਾ ਖੁੱਲਾ ਰਹਿੰਦਾ ਸੀ ਤੇ ਰਾਹੀ ਵੀ ਆ ਬੈਂਦਾ ਸੀ ਕਾਂ ਵੀ ਘਰ ਲਾਉਂਦਾ ਸੀ ਪਰੋਣਾ ਵੀ ਕੋਈ ਆਉਂਦਾ ਸੀ ਘਰ ਚਾਹੇ ਕੱਚੇ ਸੀ ਪਰ ਮਨ ਦੇ ਸਾਰੇ ਸੱਚੇ ਸੀ ਕੋਠਿਆਂ ਤੇ ਪੈਂਦੇ ਸੀ ਤੇ ਵੱਖਰੇ ਨਜ਼ਾਰੇ ਲੈਂਦੇ ਸੀ ਅੱਜ ਜਿਆ ਜਮਾਨਾ ਜਦੋਂ ਦਾ ਆਇਆ ਏ ਥੋੜਾ ਕੁਝ ਖੱਟਿਆ ਤੇ ਬਹੁਤਾ ਕੁਝ ਗਵਾਇਆ ਏ ਗੱਲ ਅੱਜ ਮੈਂ ਜਿਵੇਂ ਪਹਿਲਾਂ ਦੱਸਿਆ ਸੀ 40 ਸਾਲ 40 ਕੁ ਸਾਲ ਪਿੱਛੇ ਲੈ ਚਾਉਂਦੇ ਆ ਆਪਾਂ ਤੁਹਾਨੂੰ ਜਦੋਂ ਕੋਠਿਆਂ ਤੇ ਪੈਂਦੇ ਸੀ ਇੱਕ ਵੱਖਰਾ ਰੰਗ ਹੁੰਦਾ ਸੀ ਰਾਤ ਨੂੰ ਤਾਰੇ ਦੇਖਣੇ ਔਰ ਨਾਲ ਦੀ ਨਾਲ ਇੱਕ ਵਹਿੰਗੀ ਹੁੰਦੀ ਸੀ ਕਹਿੰਦੇ ਵੀ ਇਹ ਸਰਵਣ ਦੀ ਵਹਿੰਗੀ ਆ ਤਿੰਨ ਤਾਰੇ ਇੱਕ ਲਾਈਨ ਚ ਹੁੰਦੇ ਸੀਗੇ ਯਾਦ ਹੋਊਗਾ ਸਾਡੇ ਦਰਸ਼ਕਾਂ ਨੂੰ ਉਹ ਦੇਖਦੇ ਹੁੰਦੇ ਸੀ ਅੱਜ ਵਹਿੰਗੀ ਕਿਧਰਲੇ ਪਾਸੇ ਅੱਜ ਵਹਿੰਗੀ ਇੱਧਰ ਜਾ ਆ ਉੱਧਰ ਆ ਉੱਧਰ ਆ ਹੁਣ ਇੰਦਾ ਕਈ ਵਰੀ ਵੱਖ-ਵੱਖ ਥਾਵਾਂ ਤੇ ਚੱਲ ਜਾਂਦੇ ਸੀ ਇੰਦਾ ਜਿਦਾ ਹੁੰਦਾ ਸੀ ਧਰਤੀ ਜਿਵੇਂ ਘੁੰਮਦੀ ਸੀ ਤੇ ਉਹ ਇੱਕ ਵੱਖਰਾ ਨਜ਼ਾਰਾ ਹੁੰਦਾ ਸੀ ਤੇ ਇਹਦੇ ਚ ਇੱਕ ਜਿਹੜੀ ਲਾਈਨ ਆਉਂਦੀ ਹੈ ਰਾਹੀ ਵੀ ਆ ਬੈੰਦਾ ਸੀ ਬੂਹਾ ਖੁੱਲਾ ਰਹਿੰਦਾ ਸੀ ਇੱਕ ਤਾਂ ਇਹ ਚੀਜ਼ ਹੁਣ ਬਿਲਕੁਲ ਗਾਇਬ ਹੋ ਗਈ ਹੈ ਰਾਹੀ ਦੀ ਗੱਲ ਛੱਡੋ ਦੂਜੀ ਗੱਲ ਹੈਗੀ ਇਹ ਕਾਂ ਵੀ ਕਰ ਲਾਉਂਦਾ ਸੀ ਪਰੋਣਾ ਵੀ ਕੋਈ ਆਉਂਦਾ ਸੀ ਤੇ ਕਾਂ ਜਦੋਂ ਬੋਲਦਾ ਸੀ ਬਰੇਰੇ ਦੇ ਉੱਤੇ ਤੇ ਉਦੋਂ ਕਹਿੰਦੇ ਸੀ ਇਹ ਭਾਈ ਕੋਈ ਨਾ ਕੋਈ ਪ੍ਰਾਉਣਾ ਆਉਣਾ ਜਾਂ ਆਟਾ ਭੁੜਕਣਾ ਤਾਂ ਕਹਿੰਦੇ ਵੀ ਕੋਈ ਨਾ ਕੋਈ ਪ੍ਰਾਉਣਾ ਭਾਈ ਆਊਗਾ ਆਟਾ ਭੁੜਕਣਾ ਤੇ ਭਾਵੇਂ ਵੀ ਆਟਾ ਗੁੰਧਦੇ ਗੁੰਧਦੇ ਪਰਾਹ ਚੋਂ ਬਾਹਰ ਜਾ ਡੇਗਾ ਹੁੰਦਾ ਸੀ ਉਹ ਵੀ ਇੱਕ ਪ੍ਰਾਉਣਾ ਆਉਂਦੀ ਨਿਸ਼ਾਨੀ ਹੁੰਦੀ ਸੀ ਤੇ ਕਈ ਵਾਰ ਪ੍ਰਾਉਣਾ ਆ ਵੀ ਜਾਂਦਾ ਸੀ ਤੇ ਕਈ ਵਾਰ ਉਡੀਕਦੇ ਰਹਿੰਦੇ ਸੀ ਕਿ ਪ੍ਰਾਉਣੇ ਦਾ ਰਾਜ ਵਿਚਾਰੇ ਦਾ ਹੋ ਸਰ ਸਕੂਟਰ ਸਕਟਰ ਖਰਾਬ ਹੋ ਜਾਂਦਾ ਹੋਵੇ ਸਾਈਕਲ ਪੈਂਚਰ ਹੋ ਜਾਂਦਾ ਹੋਵੇ ਤੇ ਕਈ ਵਾਰੀ ਨਹੀਂ ਵੀ ਆਉਂਦਾ ਸੀ ਪਰ ਇੱਕ ਵੱਖਰੀ ਤਰ੍ਹਾਂ ਦਾ ਉਹ ਨਜ਼ਾਰਾ ਵੱਖਰੀ ਤਰ੍ਹਾਂ ਦਾ ਫੇਰ ਹਸਾਬ ਲਾਉਣ ਜਾਣਾ ਲੱਗ ਜਾਣਾ ਵੀ ਕਿਹੜਾ ਪ੍ਰਾਉਣਾ ਆਊਗਾ ਅੱਜ ਪ੍ਰਾਉਣੇ ਨੇ ਆਉਣਾ ਤਾਂ ਚਾਹ ਚੜਜਣਾ ਸਾਰੇ ਟੱਬਰ ਨੂੰ ਈਵਨ ਪਿੰਡ ਨੂੰ ਵੀ ਇੱਕ ਵੱਖਰਾ ਨਜ਼ਾਰਾ ਸੀ ਅੱਜ ਗੱਲ ਕਰਨੀ ਹੈ ਜੇ ਅੱਜਕੱਲ ਜਦੋਂ ਪ੍ਰਾਉਣਾ ਆਉਂਦਾ ਤੇ ਇੱਕ ਅੱਦੇ ਜੀ ਨੂੰ ਸਾਡ ਛੱਡ ਕੇ ਜਿਹਦਾ ਉਹ ਨੇੜੇ ਦਾ ਹੁੰਦਾ ਤੇ ਬਾਕੀ ਕਹਿੰਦੇ ਮੱਥੇ ਤੇ ਤੂੜੀਆਂ ਹੁੰਦੀਆਂ ਸਾਡੇ ਇੱਥੇ ਅਸੀਂ ਇੱਕ ਘਰੇ ਗਏ ਤੋਂ ਨਿਆਣੇ ਕਹਿੰਦੇ ਜੀ ਵੀ ਇਹ ਉਹਨਾਂ ਨੇ ਘਰ ਜਾਣੇ ਦੱਸਿਆ ਵੀ ਨਿਆਣੇ ਸਾਡੇ ਕਹਿੰਦੇ ਆ ਕਿ ਇੱਕ ਜੱਗੀ ਅੰਕਲ ਤੇ ਇੱਕ ਫਲਾਨਾ ਇਹ ਅੰਕਲ ਤਾਂ ਪ੍ਰਾਉਣੇ ਆ ਜਾ ਕਰਨ ਜਦੋਂ ਮਰਜੀ ਹੋਰ ਕੋਈ ਪ੍ਰਾਉਣਾ ਨਹੀਂ ਕਰੇ ਆਉਣਾ ਚਾਹੀਦਾ ਸਾਨੂੰ ਨਹੀਂ ਚੰਗੇ ਲੱਗਦੇ ਤੋ ਅੱਜਕੱਲ ਪ੍ਰਾਉਣਾ ਇੱਕ ਪ੍ਰਾਉਣਾ ਲਫ਼ਜ਼ੀ ਬੜਾ ਵਧੀਆ ਆਪਣੇ ਆਪ ਦੇ ਵਿੱਚ ਅਸੀਂ ਕਿ ਜਿਹੜਾ ਜਵਾਈ ਭਾਈ ਹੁੰਦਾ ਸੀ ਉਹਨੂੰ ਪ੍ਰਾਉਣਾ ਕਹਿੰਦੇ ਸੀ ਆ ਵੀ ਪ੍ਰਾਉਣੇ ਆ ਬਹਿ ਜਾ ਤੇ ਪ੍ਰਾਉਣੇ ਪ੍ਰਾਉਣਚਾਰੀ ਇੱਕ ਪੰਜਾਬ ਦਾ ਬਹੁਤ ਵੱਡਾ ਅਮੀਰ ਵਿਰਸਾ ਪ੍ਰਾਉਣਚਾਰੀ ਕਿ ਕੋਈ ਆਇਆ ਮਹਿਮਾਨ ਹੈ ਈਵਨ ਮੈਂ ਨੋਟ ਕੀਤੀ ਇਹ ਗੱਲ ਸਾਡੇ ਕੁਝ ਬੰਦੇ ਪਾਕਿਸਤਾਨ ਦੇ ਵਿੱਚ ਗਏ ਸੀ ਪਾਕਿਸਤਾਨ ਦੇ ਵਿੱਚ ਅਜੇ ਵੀ ਪ੍ਰਾਉਣਚਾਰੀ ਭਾਰਤ ਵਾਲੇ ਪੰਜਾਬ ਨਾਲੋਂ ਜ਼ਿਆਦਾ ਲੱਗਦੀ ਹੈ ਉਧਰੋਂ ਜਿਹਨੂੰ ਨਹੀਂ ਵੀ ਉਹ ਜਾਣਦੇ ਉਹਨਾਂ ਦਾ ਵੀ ਉਹ ਕਹਿੰਦੇ ਵੀ ਬੜਾ ਕੀਤਾ ਜਿਹੜੇ ਉੱਥੇ ਨਨਕਾਣਾ ਸਾਹਿਬ ਵਗੈਰਾ ਜਾਂ ਉੱਥੇ ਜਾਂਦੇ ਨੇ ਗੁਰੂਆਂ ਦੇ ਦਰਸ਼ਨ ਕਰਨ ਤੇ ਉਹਨਾਂ ਦਾ ਬਹੁਤ ਉਹਨਾਂ ਨੇ ਕੀਤਾ ਸੋ ਅੱਜ ਦਾ ਮੇਰਾ ਵਿਸ਼ਾ ਰਹੇਗਾ ਜੀ ਪ੍ਰੌਣਚਾਰੀ ਦੇ ਵਿੱਚ ਕੀ ਫਰਕ ਪੈ ਗਿਆ ਪ੍ਰੌਣਚਾਰੀ ਦਾ ਵਿਸ਼ਾ ਅਸੀਂ ਪਹਿਲਾਂ ਵੀ ਕੀਤਾ ਸੀ ਬਹੁਤ ਦਿਨ ਪਹਿਲਾਂ ਨਿਊਯਾਰਕ ਦੇ ਵਿੱਚ ਸੀਗੇ ਪ੍ਰੌਣਚਾਰੀ ਦੇ ਵਿੱਚ ਕੀ ਫਰਕ ਪੈ ਗਿਆ ਕਿਹੜੇ ਕਿਹੜੇ ਪ੍ਰਾਣੇ ਅੱਜ ਕੱਲ ਲੋਕ ਪਸੰਦ ਕਰਦੇ ਨੇ ਵੀ ਸਾਡੇ ਆਉਣ ਤੇ ਕਿਹੜੇ ਕਿਹੜੇ ਪ੍ਰਾਣੇ ਕਹਿੰਦੇ ਵੀ ਭਾਈ ਇਹ ਸਾਡੇ ਤੋਂ ਦੂਰ ਹੀ ਰਹਿਣ ਤੇ ਚੰਗਾ ਸੋ ਪ੍ਰੌਣਚਾਰੀ ਪੰਜਾਬ ਦੀ ਜਿਹੜੀ ਹੈ ਉਹਦੇ ਬਾਰੇ ਅੱਜ ਜ਼ਿਕਰ ਕਰਨਾ ਅੱਜ ਤੋਂ 40 ਸਾਲ ਪਹਿਲਾਂ ਪ੍ਰਾਉਨਚਾਰੀ ਕੀ ਸੀ ਤੇ ਅੱਜ ਪ੍ਰਾਉਨਚਾਰੀ ਕੀ ਹੈ ਵੈਸੇ ਤਾਂ ਸਾਰਾ ਕੁਝ ਬਦਲ ਗਿਆ ਅੱਜ 40 ਸਾਲ ਪਹਿਲਾਂ ਦੀ ਰਾਜਨੀਤੀ ਦੀ ਗੱਲ ਕਰੀਏ ਲੀਡਰਾਂ ਦੀ ਗੱਲ ਕਰੀ ਤਾਂ ਉਹ ਵੀ ਬੜਾ ਕੁਝ ਬਦਲ ਗਿਆ ਸਾਰਾ ਕੁਝ ਬਦਲ ਗਿਆ ਉਦੋਂ ਚੰਗਾ ਸੀ ਮਾਹੌਲ ਬਹੁਤ ਚੰਗਾ ਸੀ 25 ਸਾਲ ਤੋਂ ਹੀ ਮਾਹੌਲ ਖਰਾਬ ਹੋਇਆ ਰਾਜਨੀਤੀ ਦਾ ਤੇ 25 ਸਾਲ ਤੋਂ ਹੀ ਪੱਠਾ ਬੈਠਣ ਲੱਗਾ ਆਪਣੇ ਰਿਸ਼ਤਿਆਂ ਦਾ ਤੇ ਨਾਲ-ਨਾਲ ਪ੍ਰਾਉਨਚਾਰੀ ਦਾ ਵੀ ਕਨਾਂਨਾਂ ਸلسਲਾ ਸ਼ੁਰੂ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮਜੀਦ ਸਿੰਘ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਜੀ ਕੀ ਹਾਲ ਹੈ ਜੀ ਠੀਕ ਹੋ ਠੀਕ ਹੈ 40 ਸਾਲ ਪਹਿਲਾਂ ਦੀਆਂ ਗੱਲਾਂ ਹਾਂ ਮੈਂ ਖਾਸ ਤੌਰ ਤੇ ਪਰੌਣਾ ਜਦੋਂ ਕੋਈ ਆਉਂਦਾ ਸੀ ਤਾਂ ਕੀ ਮਾਹੌਲ ਹੁੰਦਾ ਸੀ ਮਾਹੌਲ ਇਦਾਂ ਹੁੰਦਾ ਸੀ ਜੇ ਕਿ ਦਿਨ ਕੋਈ ਨਾਨਾ ਨਾਨੀ ਆ ਗਿਆ ਉਹ ਵਿਚਾਰੇ ਆਉਂਦੇ ਤਾਂ ਇੱਕ ਦਿਨ ਦਾ 3 ਦਿਨ 4 4-5-5 ਦਿਨ ਰੁਕਣੀ ਚਾਹੀਦੀ ਹਾਂ 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 ਸਮਾਨ 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 ਲਗੋਣਦੇ ਸੀ ਪਰੌਣੇ ਦਾ ਹਾਂਜੀ 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 ਤੇ ਹੁਣ ਤਾਂ ਜੇ ਪਰੌਣਾ ਆਉਂਦਾ ਉਹ ਕਹਿੰਦੇ ਆ ਇਹ ਛੋਡੇ ਆ ਪੀ ਕੇ ਤਾਂ ਅਜਵੇਂ ਚਾਹ ਤਾਂ ਬਣਾਉਣੀ ਬਹੁਤ ਔਖੀ। ਇਹ ਛੋਡੇ ਤੇ ਜੋਰ ਨਹੀਂ ਲੱਗਦਾ ਛੋਡਾ ਦੇ ਕੇ ਉਹ ਉਹ ਉਹਦਾ ਹੀ ਪੁਰਾਣਾ ਕਹਦੇ ਤੇ ਪੁਰਾਣੇ तकरीबन ਕਹਿ ਵੀ ਦਿੰਦੇ ਨਹੀਂ ਨਹੀਂ ਚਾਹ ਨਾ ਬਣਾਇਓ ਕੋਈ ਨਹੀਂ ਚਾਹੇ ਭੁੱਖ ਲੱਗੀ ਵੀ ਹੋਵੇ। ਤੇ ਤਾਂ ਵੀ ਨਹੀਂ ਨਹੀਂ ਅਗਲਾ ਵੀ ਅਗਲਾ ਵੀ ਉਤਲੋਂ ਮਨੇ ਪਛਦਾ ਰੋਟੀ ਨਹੀਂ ਨਹੀਂ ਕੋਈ ਨਹੀਂ ਮੈਂ ਖਾ ਕੇ ਆਂ ਚਾਹੇ ਬਾਹਰੋਂ ਜਾ ਕੇ ਫਟਾਬੇ ਤੋਂ ਖਾ ਲਵੇ ਕਿਤੇ। ਇਹ ਕਿਉਂ ਫਰਕ ਪਿਆ ਜੀ ਮਨਜੀਤ ਸਿੰਘ ਜੀ ਅਸੀਂ ਗੱਲ ਇਹ ਕਰਦੇ ਆਵੇਂ ਇੰਨਾ ਫਰਕ ਕਿਸ ਚੀਜ਼ ਕਰਕੇ ਪਿਆ ਜਿਹੜਾ ਅਸੀਂ ਪਰੌਣਚਾਰੀ ਦੀ ਗੱਲ ਕਰਦੇ ਪੰਜਾਬ ਦੇ ਵਿੱਚ ਪਰੌਣਚਾਰੀ ਮੰਨੀ ਜਾਂਦੀ ਸੀ ਪਿੰਡ ਦੇ ਵਿੱਚ ਕਿਸੇ ਦੇ ਘਰੇ ਪ੍ਰਾਣਾ ਹੁੰਦਾ ਸੀ ਸਾਰੇ ਪਿੰਡ ਦਾ ਪ੍ਰਾਣਾ ਮੰਨਿਆ ਜਾਂਦਾ ਸੀ ਪਿੰਡ ਵਾਲੇ ਅਗਲਾ ਇੱਕ ਘਰ ਨਹੀਂ ਹੁੰਦਾ ਸੀ ਤੇ ਦੂਜਾ ਪਿੰਡ ਉਦੋਂ ਵੱਦ ਪਿੰਡ ਦਾ ਦੂਜਾ ਬੰਦਾ ਉਦੋਂ ਵੱਦ ਸੇਵਾ ਕਰਦਾ ਸੀ ਕਰਦਣ ਵਾਲਾ ਵੀ ਹਾਂਜੀ ਉਹਨਾਂ ਅਦਾ ਚੱਕ ਦੂਜਾ ਸਤਿਕਾਰ ਕਰਦੇ ਸੀਗੇ ਹੂੰ ਤੇ ਚਾਹੇ ਕੋਈ ਗਵਾਂਡੀ ਦਾ ਪ੍ਰਾਣਾ ਜਾਏ ਆਪਣਾ ਪ੍ਰਾਣਾ ਸਾਰੇ ਉਹਨੂੰ ਸਮਝਦੇ ਵੀ ਸਾਠ ਆਈ ਗਏ ਆਹੋ ਤੇ ਇੱਕ ਮਤਲਬ ਹੁਣ ਗਵਾਂਡੀਆਂ ਗਵਾਂਡੀਆਂ ਦੇ ਜੀ ਬੰਦਾ ਰਹਿੰਦੇ ਉੱਥੇ ਜੇਕਰ ਚੱਲ ਜਾਓ ਕਈ ਵਾਰ ਤਾਂ ਸਾਨੂੰ ਕੋਈ ਮਿਲਦਾ ਹੀ ਨਹੀਂ ਹੈਗਾ ਜੇ ਪਿੰਡ ਪੁੰਨੀ ਚਲ ਜਾਓ ਅੱਜ ਕੱਲ ਤਾਂ ਦਾ ਕੰਮ ਆ ਹੂੰ ਕਿ ਹੁਣ ਸਾਰਾ ਟਾਈਮ ਬਦਲ ਗਿਆ ਲੋਕੀ ਆਪਣੇ ਆਪ ਰਹਿਣ ਲੱਪ ਪਏ ਨਹੀਂ ਇਹਦਾ ਕਾਰਨ ਕੀ ਹੈ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰੀ ਦੀ ਹੈ ਕਿ ਪਹਿਲਾਂ ਗੱਡੀਆਂ ਨਹੀਂ ਸੀ ਹੁੰਦੀਆਂ ਪੈਦਲ ਸਾਈਕਲਾਂ ਤੇ ਜਾਂਦੇ ਸੀ ਤੇ ਉਦੋਂ ਕਈ ਕਈ ਦਿਨ ਰਹਿੰਦੇ ਸੀ ਉਹ ਗੱਡੀਆਂ ਆ ਗਈਆਂ ਛੂਹ ਦੇ ਨਹੀਂ ਪਹੁੰਚ ਜਾਂਦੇ ਉੱਥੇ ਤੇ ਰਹਿਣ ਦਾ ਫੇਰ ਟਾਈਮ ਨਹੀਂ ਕਿਸੇ ਕੋਲ ਘੰਟੇ ਦੋ ਘੰਟੇ ਤੋਂ ਵੱਧ ਕੋਣ ਵੱਲ ਪੈਸਾ ਪੈਸੇ ਮਗਰ ਦੌੜ ਲੱਗੀ ਦੁਨੀਆ ਦੀ ਪੈਸੇ ਮਗਰ ਦੌੜ ਲੱਗੀ ਜਾਂ ਮਤਲਬ ਕਿ ਅਸੀਂ ਆਪਣੇ ਆਪ ਚ ਰਹਿਣਾ ਜ਼ਿਆਦਾ ਪਸੰਦ ਕਰਦੇ ਲੋਕ ਮੇਰੇ ਖਿਆਲ ਹਾਂਜੀ ਹੁਣ ਇੱਕ ਦੂਜੇ ਨਾਲ ਜਲਦੀ ਰਿਵੋਕ ਕਰਦੇ ਇੱਕ ਦੂਜੇ ਨੂੰ ਬੁਲਾਉਣਾ ਚਾਹੁੰਦੇ ਖਤਰੇ ਪਹਿਲਾਂ ਹੁੰਦਾ ਸੀਗਾ ਸਾਰੇ ਇੱਕੋ ਜਿਹੇ ਹੁੰਦੇ ਨਾਂ ਵਾਲੇ ਉਮੀਦ ਹੁੰਦੇ ਸੀ ਤੇ ਨਾਂ ਵਾਲੇ ਗਰੀਬ ਬੰਦੇ ਸੀ ਜੀ ਰੋਟੀ ਪਾਣੀ ਵਧੀਆ ਚੱਲਦਾ ਸੀ ਸਹੀ ਸੀ ਬਹੁਤ ਵਧੀਆ ਸੀ ਬਹੁਤ ਵਧੀਆ ਚਲੋ ਜੀ ਠੀਕ ਹੈ ਜੀ ਕੋਈ ਅਪਡੇਟ ਤੁਹਾਡੇ ਇਲਾਕੇ ਦੀ ਅਪਡੇਟ ਅੱਜ ਤਾਂ ਮੌਸਮ ਤਾਂ ਠੀਕ ਹੈ ਮੜਿਆ ਉਹ ਤੇ ਡੂ ਦਾ ਰੌਲਾ ਪਿਆ ਰਿਹਾ ਹੋਲੂਗਾ ਸਹੀ ਹਾਂ ਲੜਾਈ ਦਾ ਰੌਲਾ ਪੈ ਰਿਹਾ ਕਾਫੀ ਜ਼ਿਆਦਾ ਹਾਂ ਜੀ ਚਲੋ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ ਤੁਹਾਡਾ ਬੜਾ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਔਨ 에ਰੋ ਸਰਦਾਰ ਗੁਰਮੀਲ ਸਿੰਘ ਜੀ ਦੀ ਟੀਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਹਾਂ ਜੀ ਸਰਦਾਰ ਜੀ ਧੰਨਵਾਦ ਜੀ ਚੱਲ ਜੀ ਕਹਿੰਦਾ ਜੀ ਤੇ ਉਹ ਆਇਆ ਜਿਮੀ ਆ ਰਹੀ ਅੱਛਾ ਨਹੀਂ ਇਹ ਫਿਰ ਤੁਹਾਡੇ ਪਤਾ ਕੀ ਹੈ ਜੀ ਤੁਸੀਂ ਜੇ ਡੱਬੀ ਦੀ ਹੈਗੀ ਨਾ ਅਸੀਂ ਸਾਡੇ ਬਾਕੀ ਚੈੱਕ ਕੀਤਾ ਸਾਰੇ ਟੈਕਨੀਕਲ ਬੰਦਿਆਂ ਨੇ ਔਰ ਮੈਂ ਸਾਡੇ ਇੱਥੇ ਟੀਵੀ ਲੱਗੇ ਨੇ ਸਾਡੇ ਆਵਾਜ਼ ਮੈਂ ਉੱਚੀ ਕਰਕੇ ਰੱਖਦਾ ਹੁੰਦਾ ਤਾਂ ਕਿ ਪਤਾ ਲੱਗਦਾ ਰਹੇ ਸਾਰਾ ਸਾਡੇ ਵੀ ਇੱਥੇ ਸਹੀ ਆਉਂਦੀ ਆ ਡਿਸ਼ ਤੇ ਸਹੀ ਆ ਇਹ ਡੱਬੀਆਂ ਦੇ ਕੋਈ ਪ੍ਰੋਬਲਮ ਜਿਹੜੀਆਂ ਡੱਬੀਆਂ ਨੇ ਅਸੀਂ ਜਿਹਨੂੰ ਆਈ ਪੀ ਟੀਵੀ ਕਹਿੰਦੇ ਆ ਉਹਨਾਂ ਦੇ ਕੋਈ ਪ੍ਰੋਬਲਮ ਹੈਗੀ ਆ ਸ਼ਾਇਦ ਠੀਕ ਹੋ ਜਾਏਗੀ ਅਸੀਂ ਕਿਉਂਕਿ ਡੱਬੀਆਂ ਨਾਲ ਸਾਡਾ ਕੋਈ ਕੰਟਰੈਕਟ ਨਹੀਂ ਹੈਗਾ ਇਸ ਤਰ੍ਹਾਂ ਦਾ ਹਾਂਜੀ ਅੱਗੇ ਵੀ ਕੋਈ ਵਾਰੀ ਇਦਾਂ ਹੀ ਹੋਇਆ ਹਾਂ ਫਿਰ ਠੀਕ ਹੋ ਜਾਂਦੀ ਸੀ ਫਿਰ ਠੀਕ ਹੋ ਜਾਂਦੀ ਆ ਬਸ ਠੀਕ ਆ ਜੀ ਕੋਈ ਨਹੀਂ ਹੋਊਗਾ ਜੀ ਚਲੋ ਅੱਜ ਦਾ ਪ੍ਰੋਗਰਾਮ ਤੁਸੀਂ ਦੇਖ ਲਿਓ ਸ਼ੇਅਰ ਤੇ YouTube ਤੇ ਪਾਣਾ Facebook ਤੇ ਪਾਣਾ ਉੱਥੇ ਸੁਣ ਲਿਓ ਆਵਾਜ਼ ਆਪਣੀ ਜੀ ਜੀ ਧੀਰ ਸਾਹਿਬ ਹਾਂਜੀ ਪਹਿਲਾਂ ਤੇ ਅਪਡੇਟ ਦੀ ਅਸੀਂ ਗੱਲ ਕਰੀਏ ਐਮਰਜੈਂਸੀ ਜਿਵੇਂ ਵਾਪਸ ਲੈ ਲਈ ਸੀਗੀ ਤੁਹਾਡੀ ਕੈਨੇਡਾ ਦੀ ਹਾਂਜੀ ਕੱਲ ਆਪਾਂ ਗੱਲ ਕਰ ਰਹੇ ਸੀ ਕਰਲੀ ਸਾਡੇ ਇੱਥੇ 155 પેટ્રોલ ਪੰਪ ਤੇ ਗੈਸ ਤੇ ਇਹ ਤੁਹਾਡੇ ਇਹ ਤੁਹਾਡੇ ਇੰਨੀ ਸਸਤੀ ਹੈ ਜੀ ਗੈਸ ਕਿ ਦੀ ਸੀ ਕਿ ਪਹਿਲਾਂ ਨਹੀਂ ਨਹੀਂ ਦੇਖੋ ਧੀਰ ਸਾਡੇ ਲੀਟਰ ਅੱਛਾ ਤੁਹਾਡੇ ਲੀਟਰ ਉਹ ਤੁਹਾਡਾ ਪਲਾਜ ਅੱਛਾ ਮੜਾ ਹੋ ਰੱਖੋ ਉਹ ਅੱਛਾ 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 ਲੀਟਰ ਆ ਫਿਰ ਤਾਂ ਗੈਲਨ ਬਹੁਤ ਮਹਿੰਗੀ ਹੋ ਗਈ ਫਿਰ ਤੁਹਾਡੀ 7-8 ਡਾਲਰ ਨੂੰ ਪਹੁੰਚ ਗਈ ਹਾਂ ਤੁਹਾਡੇ ਹੈ ਜੀ ਗੈਲਨ ਹਾਂ 4 ਲੀਟਰ ਗੈਲਨ ਜਿਹੜਾ ਹੁੰਦਾ ਉਹ ਤਕਰੀਬਨ 4 ਲੀਟਰ ਦਾ ਇੱਕ ਗੈਲਨ ਹੁੰਦਾ ਨੇੜੇ ਢੜੇ ਹਾਂਜੀ ਅਜੇ ਤਾਂ ਹੋਰ ਮਹਿੰਗੀ ਹੋ ਜਾਣੀ ਆ ਉਹ ਜਿਹੜੀ ਲੜਾਈ ਲੱਗੀ ਆ ਉਹਦੇ ਨਾਲ ਹੋਰ ਮਹਿੰਗੀ ਹੋ ਜਾਣੀ ਤੇ ਲੜਾਈ ਮੁੱਕਣ ਦੇ ਕੋਈ ਹੈਗੇ ਜੀ ਚਾਂਸ ਦੇਖੋ ਗੱਲ ਇਹ ਆ ਨਾ ਜਿਹੜੇ ਵੱਡੇ ਕੰਟਰੀ ਨੇ ਅਜਿਹਾ ਨਾਮ ਆਰਕਾ ਉਹ ਕਹਿੰਦੇ ਹੁੰਦੇ ਆ ਨਾ ਆਗਰਾ ਦੇ ਡੱਬੂ ਉੱਥੇ ਦੇ ਅੱਛਾ ਉਹ ਗੱਲ ਉਹ ਗੱਲ ਯੂਕਰੇਨੀਅਨ ਨਾਲ ਹੋਈ ਆ ਅੱਛਾ ਕੋਈ 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 ਤੁਹਾਨੂੰ ਰਿਆਸਤ ਨਹੀਂ ਤੇ ਵੀ ਬੱਤ ਪਿਆਉਂਦੇ ਆ ਉਹਨਾਂ ਤੇ ਲੋ ਉਹਨਾਂ ਨੇ ਉਹ ਕਰਤੇ ਉਹਨਾਂ ਦੇ ਮਸੀਹਤਾ ਵੀ ਉਹ ਚੁੱਪ ਕਰਕੇ ਬਹਿ ਗਏ ਚੁੱਪ ਕਰਕੇ ਬਹਿ ਗਏ ਉਹਨੇ ਕਿਹਾ ਵੀ ਰਾਸ਼ਟਰਪਤੀ ਨੇ ਵੀ ਸਾਨੂੰ ਕੱਲਿਆਂ ਨੂੰ ਛੱਡਤਾ ਹਾਂ ਉਹ ਕਹ ਰਿਹਾ ਕਿ ਉਹਨੇ ਸਾਨੂੰ ਕੱਲਿਆਂ ਨੂੰ ਛੱਡਤਾ ਵੀ ਜੇ ਸਾਡੀ ਮਦਦ ਕਰੇ ਤੇ ਉਹਨਾਂ ਸਾਡੀ ਮਦਦ ਲਈ ਆਓ ਚਲੋ ਉਹਨੇ ਤੋ ਇਹ ਚੀਜ਼ ਕਿ ਉਹਨੇ ਅੱਛਾ ਤਿਆਰ ਕਰ ਲੈਣਾ ਜੀ ਧੀਰ ਸਾਹਿਬ ਪ੍ਰਾਣਚਾਰੀ ਦਾ ਇੰਨਾ ਫਰਕ ਕਿਉਂ ਪਿਆ ਕੀ ਫਰਕ ਪਿਆ ਸੀ 40 ਸਾਲ ਪਹਿਲਾਂ ਦੀ ਮੈਨੂੰ ਜਿੰਨੀ ਮੈਨੂੰ ਯਾਦ ਆ ਉਹਦੋਂ ਦੀ ਮੈਂ ਗੱਲ ਕੀਤੀ ਹੈ ਪ੍ਰਾਣਚਾਰੀ ਦਾ ਬਹੁਤ ਫਰਕ ਪਿਆ ਮਹਿਮਾਨ ਨਿਵਾਜ਼ੀ ਜਿੰਨ ਵਸੇ ਕਹਿੰਦੇ ਜੀ ਤਾਂ ਜੇ ਮਹਿਮਾਨ ਆਉਂਦੇ ਹੁੰਦੇ ਸੀ ਨਾ ਹੂੰ ਤੇ ਲੋਕਾਂ ਨੂੰ ਬੜੀ ਖੁਸ਼ੀ ਹੋ ਜਾਂਦੀ ਸੀ ਤੇ ਮਹਿਮਾਨ ਆਇਆ ਸਾਡੇ ਜਿਹੜੇ ਅੱਗੇ ਥੋੜਾ ਟਾਈਮ ਰਹੀ ਲੋਕਾਂ ਕੋਲ ਬੰਦਿਆਂ ਨੇ ਚਾਹ ਲਿੱਤ ਹੁੰਦੋ ਇਟਾ ਦੇ ਹੋ ਰਹੇ ਆ ਨਾ ਤਾਂ ਜਿਹੜੇ ਅੱਖਾਂ ਵਾਲੇ ਉਹਨਾਂ ਕੋਲ ਟਾਈਮ ਨਹੀਂ ਹੈ ਨਾ ਤੇ ਨਾ ਜਿਹੜੇ ਰਹਿ ਗਏ ਨਾ ਉਹਨਾਂ ਕੋਲ ਟਾਈਮ ਨਹੀਂ ਹੈ ਟਾਈਮ ਤੋਂ ਇਲਾਵਾ ਜਿਹੜੀ ਚੀਜ਼ ਧੀਰ ਸਾਹਿਬ ਮੈਂ ਮਹਿਸੂਸ ਕਰਦਾ ਟਾਈਮ ਤੋਂ ਇਲਾਵਾ ਚਾਹੇ ਮੈਂ ਆਪਣੇ ਆਪ ਤੇ ਲਾ ਕੇ ਦੇਖਾਂ ਚਾਹੇ ਰਿਸ਼ਤੇਦਾਰਾਂ ਤੇ ਲਾ ਕੇ ਦੇਖੀਏ ਟਾਈਮ ਤੋਂ ਇਲਾਵਾ ਇੱਕ ਚੀਜ਼ ਜਿਹੜੀ ਸਾਡੇ ਵਿੱਚ ਬਦਲਾਅ ਆਇਆ ਅਸੀਂ ਹੁਣ ਕੱਲੇ ਰਹਿ ਕੇ ਜ਼ਿਆਦਾ ਖੁਸ਼ ਹੈ ਫੋਨ ਤੇ ਲੱਗੇ ਰਹਿ ਕੇ ਜ਼ਿਆਦਾ ਖੁਸ਼ ਹੈ ਇਹ ਚੀਜ਼ ਵੀ ਪ੍ਰੋਬਲਮ ਆਈ ਹੈ

ਮੇਰੇ ਸ਼ਾਮ ਨੂੰ ਕੁਝ ਕਰਨ ਗਏ ਬਾਤ ਨਹੀਂ ਚਲੋ ਵਧੀਆ ਜੀ ਚੰਗੀ ਗੱਲ ਹੈ ਜਿੱਦਾਂ ਦਾ ਸੂਰ ਆਪਾਂ ਦੇ ਬੱਚੇ ਸ਼ਾਮ ਨੂੰ ਕਿਤੇ ਕੋਈ ਬੈਠ ਕੇ ਗੱਪੀ ਨੂੰ ਪਰ ਜੀ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਅਸਰ ਬਹੁਤ ਜ਼ਿਆਦਾ ਅਸਰ ਪਿਆ ਜੀ ਚਲੋ ਪੰਜਾਬੀ ਆਈਟੀਸੀ ਦਾ ਬਹੁਤ ਬਗੜ ਗਿਆ ਹੁਣ ਤੇ ਇੰਡੀਆ ਜਾ ਹੀਦਾ ਪਹਿਲਾਂ ਸਮੇਂ ਨੂੰ ਜੰਡਾਂ ਵਿੱਚ ਨਾ ਗੜੀ ਲਵੇ ਸਾਡੇ ਟੱਡੇ ਉਸਤਾਨੇ ਰੰਗ ਜੀ ਹੂੰ ਹੂੰ ਤੇ ਹੋ ਉਹ ਤੇ ਕਪਸੂਏ ਤੇ ਤੇਰੇ ਤੇ ਅਨ ਜਤਨੀ ਚਾਰੇ ਦਾ ਹੈ ਉਹ ਨਹੀਂ ਨਹੀਂ ਤੱਕ ਰਾਈਡ ਕਰਨ ਲਿਆ ਕੇ ਉਹ ਲਾਹਿੰਦੀ ਗੱਡੀਆਂ ਆਇਆ ਲੱਡਲਾ ਆਇਆ ਚਲੋ ਜੀ ਮਿਹਰਬਾਨੀ ਤੁਹਾਡੀ ਬਹੁਤ ਤੁਹਾਡੀ ਆਵਾਜ਼ ਦੀ ਸਮਝ ਆ ਰਹੀ ਤੀਰ ਸਾਹਿਬ ਬਹੁਤ ਮਿਹਰਬਾਨੀ ਕਾਲ ਕਰ ਲਈ ਫਿਰ ਦੁਬਾਰਾ ਚਲੋ ਅਸੀਂ ਕਰਾਂਗੇ ਹੈਲੋ ਸਤਿ ਸ਼੍ਰੀ ਅਕਾਲ ਜੀ ਔਨ 에ਰੋ 925 ਜੱਗੀ ਜੀ ਤੁਹਾਨੂੰ ਵੀ ਤੁਹਾਡੇ ਸੋਤਿਆਂ ਨੂੰ ਵੀ ਜੀ ਜੀ ਸਤਿ ਸ਼੍ਰੀ ਅਕਾਲ ਸਰ ਕੌਣ ਬੋਲਦਾ ਜੀ ਹਾਂ ਜੀ ਗਿਆਨ ਸਿੰਘ ਬੋਲਦਾ ਪਏ ਸੀ ਜਲ ਸਿੰਘ ਜੀ ਤੁਹਾਡੀ ਆਵਾਜ਼ ਆਉਂਦੀ ਹੈ ਸਹੀ ਟੀਵੀ ਤੇ ਆਵਾਜ਼ ਸਹੀ ਹੈ ਹਾਂਜੀ ਹਾਂ ਠੀਕ ਹੈ ਮਾਰਚ 2 ਦਸੰਬਰ ਦਾ ਠੀਕ ਹੈ ਜੀ ਠੀਕ ਹੈ ਹਾਂਜੀ ਸਰ ਕੀ ਕਰਨਾ ਚਾਹੁੰਦੇ ਜੀ ਹਾਂਜੀ ਪੜਾਉਣਾ ਹੈ ਤੋਂ ਇੱਕ ਗੀਤ ਸਗਾ ਜੀ ਕਿਹੜਾ ਜੀ ਜੀ ਵੀ ਆ ਬੇ ਸੁਣਦਾ ਦੇ ਆਪਣੇ ਤੇ ਕੌਣ ਪੜਾਣਾ ਆ ਜੀ ਨਾਂ ਦੇ ਨਹੀਂ ਇਹ ਤੇ ਸੰਦਗੀ ਸੌਰੀ ਸੰ ਉੱਠ ਦੇਖ ਨਾਨੇ ਕੌਣ ਪਰੌਣਾ ਆਇਆ ਸਰੇਂਦਰ ਕੌਰ ਦਾ ਸ਼ਹਿਰ ਹਾਂਜੀ ਉੱਠ ਦੇਖ ਨਾਨੇ ਵੀ ਆਵੇ ਸੁਣ ਦਾਦਾ ਆਪਣੇ ਤੇ ਕੌਣ ਪਰੌਣਾ ਆਇਆ ਕੋਈ ਫੌਜੀ ਆਇਆ ਸੀ ਸ਼ੁਰਤੀ ਫੌਜੀ ਆਇਆ ਸੀ ਤੇ ਉਹਦੀ ਘਰ ਵਾਲੀ ਜਿਹੜੀ ਆ ਉਹ ਆਪਣੀ ਨਾਨ ਨੂੰ ਕਹਿੰਦੀ ਉੱਠ ਦੇਖ ਨਾਨੇ ਕੌਣ ਪਰੌਣਾ ਆਇਆ ਹਾਂਜੀ ਦੇਖ ਨਾਨੇ ਕੌਣ ਪਰੌਣਾ ਆਇਆ ਪਰੌਣਿਆਂ ਦੀ ਵੀ ਇੱਕ ਨਸਲ ਹੁੰਦੀ ਹੈ ਜੀ ਹਾਂਜੀ ਅਲੱਗ-ਅਲੱਗ ਕਿਸਮਤ ਵਾਲੇ ਸੀਗੇ ਸਮਾਂ ਵਧੀਆ ਸੀਗਾ ਜੀ ਅਸੀਂ ਇਹ ਗੱਲ ਕਰਦੇ ਮੈਂ ਅਸੀਂ 25 30 ਸਾਲ ਤੋਂ ਜ਼ਿਆਦਾ ਜਦੋਂ 25 ਕਿਸ 30 ਸਾਲ ਤੋਂ ਜ਼ਿਆਦਾ ਕੰਮ ਖਰਾਬ ਹੋਇਆ ਉਦੋਂ ਪਹਿਲਾਂ ਤਾਂ ਮਾਹੌਲ ਬੜਾ ਵਧੀਆ ਸੀ ਆਸਪਾਕ ਸੀ ਆਪਸ ਵਿੱਚ ਪਿਆਰ ਬਹੁਤ ਸੀ ਬਿਮਾਰੀਆਂ ਬਹੁਤ ਘੱਟ ਸੀ ਹਾਂਜੀ ਉਹ ਪਰੌਣਿਆਂ ਦਾ ਕਰਕੇ ਸੀਗਾ ਜੀ ਹਾਂਜੀ ਵੈਸੇ ਵੈਸੇ ਉਹ ਘਰ ਕਹਿੰਦੇ ਵੀ ਕਰਮਾਂ ਵਾਲਾ ਹੁੰਦਾ ਜਿੱਥੇ ਪਰੌਣੇ ਆਉਂਦੇ ਜਾਂਦੇ ਆ ਤੇ ਕਈ ਅੱਜਕੱਲ ਕਹੇ ਜੀ ਵੀ ਬਹੁਤ ਘਰ ਹੈਗੇ ਜਿੱਥੇ ਕਿ ਪਰੌਣਿਆਂ ਦਾ ਬੜਾ ਉਡੀਕ ਰਹਿੰਦੀ ਆ ਵੀ ਆਇਆ ਹੀ ਨਹੀਂ ਕੋਈ 4 ਦਿਨ ਹੋ ਗਏ ਇਕੱਲੇ ਹੀ ਬੈਠੇ ਪਰੌਣਾ ਹੀ ਨਹੀਂ ਕੋਈ ਆਇਆ ਉਹ ਵੀ ਘਰ ਹੈਗੇ ਅਜੇ ਵੀ ਮੇਰੀ ਕਹਿੰਦੇ ਜਿੱਥੇ ਕਿਤੇ ਕੁੱਤਾ ਵੀ ਆ ਗਿਆ ਨਾ ਹੂੰ ਉਹਨੂੰ ਵੀ ਕਿਸਮਤ ਵਾਲਾ ਹੁੰਦੇ ਵੀ ਇਹਨੂੰ ਬੁਲਕੀ ਪਾਓ ਆ ਵਾਹ ਜੀ ਵਾਹ ਵਾਹ ਜੀ ਬਹੁਤ ਮਿਹਰਬਾਨੀ ਗਿਆਨ ਸਿੰਘ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ ਨਾਲ ਨਾਲ ਇੱਕ ਬ੍ਰੇਕ ਲੈ ਲੈਂਦੇ ਆ ਬ੍ਰੇਕ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਗੱਲ ਚੱਲ ਰਹੀ ਹੈ ਪ੍ਰਾਣਚਾਰੀ ਦੀ ਮਹਿਮਾਨ ਨਿਵਾਜ਼ੀ ਦੀ ਪੰਜਾਬੀਆਂ ਦੀ ਜਿਹੜੀ ਕਿ ਅੱਜ ਕੱਲ ਬਹੁਤ ਬਦਲ ਚੁੱਕੀ ਹੈ ਬਹੁਤ ਫਰਕ ਆ ਚੁੱਕਾ ਪਹਿਲਾਂ ਨਾਲੋਂ ਮਹਿਮਾਨ ਨਿਵਾਜ਼ੀ ਦੇ ਵਿੱਚ ਦੇਖਦੇ ਰਹੋ ਜਸ ਪੰਜਾਬੀ ਜੀ ਮਿਲਦੇ ਆ ਬ੍ਰੇਕ ਤੋਂ ਬਾਅਦ ਥੋੜਾ ਸਮਾਂ ਹੈਗਾ ਜੀ ਇਸ ਕਰਕੇ ਫਟਾਫਟ ਆਪਾਂ ਕਾਲ ਇੱਕ ਅਦੀ ਲੈ ਲੈਨੇ ਆ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਔਨ 에ਰ ਹੋ ਸਰਦਾਰ ਗੁਰਦੀਪ ਸਿੰਘ ਜੀ ਸੰਦਰ ਸਾਹਿਬ ਹਾਂਜੀ ਜਲਦੀ ਸਾਹਿਬ ਪਿਆਰ ਤੇ ਪਉਣ ਪਿਆਰੀ ਪੰਜਾਬ ਦੇ ਸੱਭਿਆਚਾਰ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਸੀ ਬਿਲਕੁਲ ਜੀ ਬਹੁਤ ਬਹੁਤ ਵੱਡੇ ਪੱਦਰ ਦੇ ਹਾਂਜੀ ਪੁਰਾਣੇ ਸਮਿਆਂ ਪੁਰਾਣੇ ਸਮਿਆਂ ਤੇ ਬਾਤ ਦੀ ਗੋਪ ਘਾਟ ਹੁੰਦੀ ਸੀ ਇਸ ਕਰਕੇ ਉਹਨਾਂ ਸਮਿਆਂ ਵਿੱਚ ਪ੍ਰਵਾਹ ਪਰਵਾਰਾਂ ਤੇ ਰਿਸ਼ਤੇਦਾਰਾਂ ਵਿੱਚ ਪਿਆਰ ਤਾਂ ਹੁੰਦਾ ਹੀ ਸੀ ਆਮ ਨੌਕਰੀ ਨਾਲ ਵੀ ਬਹੁਤ ਪਿਆਰ ਹੁੰਦਾ ਸੀ ਇੱਕ ਪਰਿਵਾਰ ਦੀ ਧੀ ਨੂੰ ਸਾਰੇ ਪਿੰਡ ਦੀ ਧੀ ਸਮਝਿਆ ਜਾਂਦਾ ਸੀ ਇੱਕ ਪਰਿਵਾਰ ਦੀ ਧੀ ਨੂੰ ਸਾਰੇ ਪਿੰਡ ਦਾ ਧੀ ਸਮਝਿਆ ਜਾਂਦਾ ਸੀ ਲੋਕਾਂ ਕੋਲ ਵੇਲ ਸਮਾ ਵੀ ਬਹੁਤ ਹੁੰਦਾ ਸੀ ਲੋਕ ਹਫਤਾ ਹਫਤਾ ਰਿਸ਼ਤੇਦਾਰੀਆਂ ਵਿੱਚ ਬੈਠੇ ਰਹਿੰਦੇ ਸੀ ਪਰ ਹੁਣ ਲੋਕ ਕੋਲ ਨਾ ਸਮਾਂ ਹੈ ਤੇ ਨਾ ਵੇਲ ਲੋਕਾਂ ਦੀ ਇਕਦੋਗੀ ਹੋਈ ਹੈ ਲੋੜ ਤੋਂ ਬਗੈਰ ਨਾ ਕੋਈ ਰਿਸ਼ਤੇਦਾਰ ਕਿਸੇ ਕੋਲ ਜਾਂਦਾ ਅਸੇ ਨਹੀਂ ਹੁੰਦਾ ਉਹਨਾਂ ਰਿਸ਼ਤੇਦਾਰਾਂ ਦੀ ਸੇਵਾ ਮਨੋਂ ਨਹੀਂ ਹੁੰਦੀ ਸਗੋਂ ਉਹ ਲੋਕ ਜਾਂਦੇ ਹਨ ਇੱਕ ਖਾਨ ਹੈ ਤਿੰਨ ਪੁਲਾਏ 13 ਆਏ ਸੁਮ ਸੰਤਨ ਦੀ ਬਾਣੀ ਰਹਾਲਾ ਕਿਹਨਾਂ ਕੋ ਬੰਦਾ ਠੇਲ ਦਾਲ ਮੇ ਪਾਣੀ ਹੂੰ ਹੁਣ ਤੇ ਪੁਰਾਣੇ ਜਿਆਦਾ ਦਿਨ ਖੈ ਜਾਣਤਾ ਘਰ ਵਾਲੇ ਉਹਨਾਂ ਨੂੰ ਘਰੋਂ ਕੱਢਣ ਲਈ ਕੋਈ ਨਾ ਕੋਈ ਬਹਾਨਾ ਪਾ ਦਿੰਦੇ ਹਨ ਪਹਿਲੇ ਦਿਨ ਪਰਾਉਣਾ ਦੂਜੇ ਦਿਨ ਧਰਾਉਣਾ ਤੀਜੇ ਦਿਨ ਦਾਦੇ ਮਗਾਉਣਾ ਚੌਥੇ ਦਿਨ ਪਰਾਉਣਾ ਹੂੰ ਅੱਜ ਤਾਂ ਇਹ ਰਸਤੇ ਨਾਲ ਨਾਤੇ ਜਾਂਦੇ ਆ ਭਜਾਉਣਾ ਵੀ ਆਣੇ ਪੌਣ ਦੇ ਰਹਿ ਨਹੀਂ ਗਏ ਤੇ ਪਿਆਰ ਦੇ ਨਹੀਂ ਰਹੇ ਥੈਂਕ ਯੂ ਜੀ ਮਿਹਰਬਾਨੀ ਬਹੁਤ ਮਿਹਰਬਾਨੀ ਮੇਰੇ ਗੱਲ ਜਿੱਤੇ ਆ ਗਈ ਇੱਕ ਸਾਡੇ ਕੋਈ ਹੈਗੇ ਸੀ ਉੱਥੇ ਚੰਡੀਗੜ੍ਹ ਦੀ ਗੱਲ ਹੈ ਉਹ ਜਿਹੜਾ ਕਰਦੇ ਸੀਗੇ ਪਰੋਣੇ ਜਦੋਂ ਆਉਂਦੇ ਸੀ ਉਹਨੂੰ ਭਜਾਉਣ ਵਾਸਤੇ ਫਿਰ ਉਹ ਮੀਆਂ ਵੀ ਵੀ ਆਪਸ ਵਿੱਚ ਲੜ ਪੈਂਦੇ ਅਗਲਾ ਫੇਪਰ ਉਹ ਕਹਿੰਦਾ ਸੀ ਯਾਰ ਆਫਸ ਦੇ ਵਿੱਚ ਹੀ ਕੰਮ ਸੂਤ ਨਹੀਂ ਆਪਾਂ ਚੱਲੀਏ ਇੱਥੇ ਕੰਨ ਪੰਗਾ ਲੈਣਾ ਸੋ ਇਹ ਵੀ ਇੱਕ ਤਰੀਕਾ ਹੁੰਦਾ ਸੀ ਪਰ ਪ੍ਰਾਣੇ ਜਦੋਂ ਪਿੰਡ ਦੇ ਵਿੱਚ ਆਉਂਦੇ ਸੀ ਤੇ ਸਾਰੇ ਪਿੰਡ ਦੀਆਂ ਲੇਡੀਜ਼ ਇਕੱਠੀਆਂ ਆ ਕੇ ਸਾਰਾ ਰੋਟੀ ਪਾਣੀ ਕਰਦੀਆਂ ਟੋਕ ਕਰਦੀਆਂ ਸੀ ਅੱਜ ਕੱਲੇ ਇੱਕ ਵੀ ਫਰਕ ਪੈ ਗਿਆ ਸ਼ਹਿਰਾਂ ਦੀ ਗਾਰਗਰੀ ਪਿੰਡਾਂ ਦੀ ਕਰ ਲਈ ਤੇ ਬਾਹਰਲੇ ਮੁਲਕਾਂ ਦੀ ਕਰ ਲਈ ਪ੍ਰਾਣੇ ਚਾਰ ਆਉਣੇ ਆ ਤੇ ਨਾਲ ਨਾਲ ਆਰਡਰ ਮਾਰਦੀ ਦਾ ਕਿਤੇ ਨਾ ਕਿਤੇ ਜ ਕਿਸੇ ਨੇ ਪੀਜ਼ਾ ਖਾਣਾ ਸੌਖਾ ਕੰਮ ਪੀਜ਼ਾ ਤੇ ਨਾਲ ਦੀ ਨਾਲ ਜਾਂ ਫਿਰ ਇੰਡੀਅਨ ਰੈਸਟੋਰੈਂਟ ਸਾਰੇ ਹਰ ਜਗ੍ਹਾ ਹੈਗੇ ਨੇ ਬਹੁਤ ਇੰਡੀਅਨ ਖਾਣਾ ਮੰਗਾ ਕੇ ਸਜਾ ਦੇ ਤੇ ਆਪੋ ਆਪਣੇ ਕੰਮ ਤੇ ਜਾਓ ਪਹਿਲਾਂ ਤਾਂ ਭਾਂਡੇ ਮਾਂਜਦਿਆਂ ਨੂੰ ਬੁੜੀਆਂ ਨੂੰ ਅਧੀ ਰਾਤ ਹੋ ਜਾਂਦੀ ਪਰੌਣਿਆਂ ਪਰੌਣਿਆਂ ਨੂੰ ਰੋਟੀ ਖਵਾਉਣ ਤੋਂ ਬਾਅਦ ਚਲੋ ਸਾਰਾ ਫਰਕ ਪੈ ਗਿਆ ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ WhatsApp ਨੰਬਰ ਮੇਰਾ ਸੈੱਲ ਨੰਬਰ 2094533 ਬਾਟਕਤੇ ਵੀ ਸੰਪਰਕ ਕਰ ਸਕਦੇ ਹੋ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਖੁਸ਼ ਰਹੋ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ